ਸਤਿ ਸ੍ਰੀ ਅਕਾਲ ਆਦਾਬ, ਨਮਸਕਾਰ, ਵੱਡਿਆਂ ਨੂੰ ਪਿਆਰ, ਛੋਟਿਆਂ ਦਾ ਸਤਿਕਾਰ। ਮੈਂ ਤੁਹਾਡਾ ਆਪਣਾ ਪਰਵਿੰਦਰ ਸਿੰਘ ਲੈ ਕੇ ਹਾਜ਼ਰ ਹਾਂ ਸਟੈਂਡ ਅਪ ਤੇ ਪਾਓ ਖੱਪ ਸੀਜ਼ਨ 2 ਫਿਰ ਇੱਕ ਵਾਰ। ਅੱਛਾ, ਅੱਜ ਨਾ ਮੈਂ ਗੱਲ ਕਰਨੀ ਹੈ ਵਿਹਲਿਆਂ ਦੀ। ਮਤਲਬ ਸਿਆਣੇ ਕਹਿੰਦੇ ਆ ਨਾ, ਵਿਹਲਾ ਦਿਮਾਗ ਸ਼ੈਤਾਨ ਦਾ ਘਰ। ਮੈਂ ਕਹਿੰਦਾ ਰੱਬ ਕਿਸੇ ਨੂੰ ਇੰਨਾ ਵਿਹਲਾ ਵੀ ਨਾ ਬਣਾਵੇ ਕਿ ਤੁਸੀਂ ਘਰੇ ਬੈਠੇ ਹੋ ਤੇ ਰੈਂਡਮਲੀ ਤੁਹਾਡਾ ਦੋਸਤ ਤੁਹਾਨੂੰ ਫੋਨ ਕਰਕੇ ਕਹੇ ਉਹ ਥੱਲੇ ਆਇਆ ਸਿਲੰਡਰ ਭਰਵਾਉਣ ਜਾਣਾ ਹੀ। ਇਹ ਹੁੰਦੇ ਕਈ ਵਿਹਲੇ ਦੁਨੀਆ 'ਤੇ ਨਾ, ਕਈ ਇੰਨੇ ਵਿਹਲੇ ਵੀ ਹੁੰਦੇ ਆ। ਟ੍ਰੇਨ 'ਤੇ ਡੱਬੇ ਗਿਣੀ ਜਾਣਗੇ, ਫਾਟਕ ਲਾਗੇ ਸ਼ਤਾਬਦੀ ਲੰਘ ਗਈ। ਵਿਹਲੇ ਵੈਸੇ ਸਾਡੇ ਸ਼ੋਅ 'ਚ ਵੀ ਬੜੇ ਆ। ਅਜੇ ਗਿਟਾਰ ਵਾਲਾ ਨਹੀਂ ਹੁਣ, ਇੰਨਾ ਵਿਹਲਾ ਆਦਮੀ ਕਿਤੇ ਨਹੀਂ ਹੈਗਾ। ਉਹ ਇਹਦਾ ਆਪਣਾ ਗਿਟਾਰ ਹੈ, ਇਹਨੇ ਇਹੀ ਰੋਜ਼ ਵਜਾਉਣਾ ਹੁੰਦਾ, ਇੱਕੋ ਇਹਨੂੰ ਕੰਮ ਆਉਂਦਾ ਗਿਟਾਰ ਵਜਾਉਣਾ। ਫਿਰ ਵੀ ਇੱਥੇ ਆ ਕੇ ਸਭ ਤੋਂ ਪਹਿਲਾਂ ਇਹਦੀਆਂ ਤਾਰਾਂ ਗਿਣਦਾ, 1 2 3 4 5 ਪੂਰੀਆਂ ਭੱਜਣ ਦੀ ਤਾਰ ਵਿੱਚੋਂ। ਇਹਨਾਂ ਨੂੰ ਇੰਨੀ ਆਦਤ ਪਈ ਨਾ ਇਹ ਤਿਰਕਿਟ ਦਿਸ਼ ਕਰਨ ਦੀ, ਉਹਦੀ ਵਿਚਾਰ ਦੀ ਸਹੇਲੀ ਭੱਜ ਗਈ ਆ ਕੇ। ਉਹਨੇ ਇਹਨਾਂ ਦੋਨਾਂ ਨੂੰ ਦੁੱਖ ਪ੍ਰਗਟ ਕੀਤਾ, ਯਾਰ ਮੇਰੀ ਸਹੇਲੀ ਭੱਜ ਗਈ, ਇਹਨੇ ਅੱਗੋਂ ਕੀ ਕੀਤਾ। ਕਹਿੰਦਾ ਤਿਰਕਿਟ ਦੀ ਵਿਹਲਾ ਸਾਡੇ ਸ਼ੋਅ 'ਚ ਹੋਰ ਵੀ ਹੈਗਾ, ਉਹਦਾ ਮੈਂ ਨਾਂ ਨਹੀਂ ਲੈਣਾ, ਉਹਦਾ ਨਾਂ ਸੁਣਦੇ ਮੈਨੂੰ ਵੱਟ ਚੜ ਜਾਂਦਾ। ਓਏ ਓਏ ਓਏ, ਕਿਹਨੂੰ ਵਿਹਲਾ ਕਿਹਾ ਤੈਂ? ਕਿਹਨੂੰ ਕਿਹਾ? ਗੱਲ ਸੁਣੇ, 5 ਪੇਪਰਾਂ 'ਚੋਂ 6 ਕੰਪਾਰਟਮੈਂਟ ਲੈਣ ਵਾਲੇ ਆ, ਪੇਪਰਾਂ 'ਚ ਪਰਚੀ ਚਲਾ ਕੇ ਵੀ ਫੇਲ ਹੋਣ ਵਾਲੇ ਆ, ਤੂੰ ਮੈਨੂੰ ਵਿਹਲਾ ਕਹਿਣਾ? ਦੇਖ ਤਾਂ, ਤੇਰੇ ਵਰਗੇ ਨਲੈਕ ਸਟੂਡੈਂਟ ਨਾ ਬਾਥਰੂਮ 'ਚ ਗੈਟ ਲੁਕੋ ਕੇ ਰੱਖ ਜਾਂਦੇ ਨੇ, ਕਿੱਥੇ ਰੱਖੀ ਸੀ ਕਿੱਥੇ ਰੱਖੀ। ਜਿਓਮੈਟਰੀ ਬਾਕਸ ਨੂੰ ਬਾਕਸ ਬੈੱਡ ਸਮਝ ਕੇ ਸੌਣਾ, ਤੈਨੂੰ ਕਿਹਾ ਮੈਂ ਵਿਹਲਾ ਤੈਨੂੰ? ਇਹਦੀ ਸ਼ਕਲ ਦੇਖ ਕੇ ਨਾ ਤਰਸ ਖਾ ਕੇ ਇਹਨੂੰ PTC ਵਾਲੇ ਸ਼ੋਅ ਦੇ ਦਿੰਦੇ ਨੇ, ਨਹੀਂ ਤਾਂ ਇਹਨੂੰ ਕੋਈ ਰਾਹ ਨਾ ਪਾਵੇ, ਇਹਨੂੰ ਤਾਂ 10 ਰੁਪਏ ਦੀ ਕੋਈ ਭਾਣ ਨਾ ਦੇਵੇ, ਤੇ ਇਹਦੀ ਸ਼ਕਲ ਦੇਖ ਕੇ ਇਹਨੂੰ ਕੋਈ ਚੰਗੀ ਸਲਾਹ ਨਾ ਦੇਵੇ। ਮੈਂ ਤੈਨੂੰ ਇੱਕ ਸਲਾਹ ਦੇਵਾਂ, ਦੁਨੀਆ ਦਾ ਰਾਹ ਦੇਵਾਂ, ਨਿਕਲ। ਇਹਦੇ ਅਰਗੇ ਨਾ ਜਿਹੜੇ ਸਕੂਲ ਦੇ ਜਵਾਕ ਹੁੰਦੇ ਨੇ ਨਾ, ਉਹਨਾਂ ਦੇ ਬੈਗ ਪਿੱਛੇ ਨਾ ਭਾਲੂ ਵਾਇਆ ਹੁੰਦਾ, ਨਿਕਲ ਜਾਂਦਾ ਮੈਂ ਵਿਹਲਾ ਥੋੜੀ ਆ। ਇੱਕ ਹੋਰ ਵਿਹਲੇ ਨੂੰ ਬੁਲਾਵਾਂਗੇ ਆਪਾਂ, ਉਹ ਸਾਡੇ ਅੱਜ ਦੇ ਮਹਿਮਾਨ ਨੇ। ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਉਹ ਆਣਗੇ ਇੱਥੇ, ਆਪਣੀ ਸਟੈਂਡ ਅਪ ਕਾਮੇਡੀ ਕਰਨਗੇ, ਫਿਰ ਆਪਾਂ ਉਹਨਾਂ ਦੇ ਨਾਲ ਬਹੁਤ ਸਾਰੀ ਖੱਪ ਪਾਵਾਂਗੇ। ਸੋ ਬੁਲਾਉਂਦੇ ਆਪਣੇ ਅੱਜ ਦੇ ਮਹਿਮਾਨ ਨੂੰ, ਪਲੀਜ਼ ਵੈਲਕਮ ਰੂਬੀ ਸ਼ਰਮਾ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਭਾਈ ਸਾਹਿਬ ਮੂੰਹ ਤਾਂ ਬੰਦ ਕਰ ਲਓ। ਭਾਜੀ ਨੂੰ ਮੇਰਾ ਨਾਮ ਸੁਣ ਕੇ ਪਤਾ ਕੀ ਲੱਗਿਆ? ਕੁੜੀ ਆ ਰਹੀ ਹੈ। ਆਏ ਭਾਜੀ, ਤੜਦੁੰਮ ਤੜਦੁੰਮ। ਤੁਸੀਂ ਮਿਊਜ਼ਿਕ ਦੀ ਗੱਲ ਕੀਤੀ, ਇੱਧਰ ਦੇਖੋ, ਇਹਨੇ ਨਾ ਆਦੀ ਮਿਸ਼ੂਕ ਨੂੰ ਲੈਟਰ ਲਿਖਿਆ, ਕਹਿੰਦੇ ਤੈਨੂੰ ਪਤਾ ਮਿਊਜ਼ਿਕ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਨਾ, ਜੇ ਆਪਾਂ ਪਾਣੀ ਦੇ ਸਾਹਮਣੇ ਅੱਛਾ ਸੁਰ ਲਾਈਏ ਨਾ ਤਾਂ ਪਾਣੀ ਵੀ ਖੋਲਣ ਲੱਗ ਪੈਂਦਾ। ਉਹ ਕਹਿੰਦੀ ਖੋਲਣੇ ਹੀ ਮਰ ਜਾਣੇ ਆ, ਤੇਰਾ ਇਹ ਮਿਊਜ਼ਿਕ ਸੁਣ ਕੇ ਮੇਰਾ ਖੂਨ ਖੋਲਣ ਲੱਗਦਾ, ਪਾਣੀ ਦੀ ਕੀ ਔਕਾਤ ਹੈ। ਸੋ ਆਪਾਂ ਆਡੀਅੰਸ ਨਾਲ ਵੀ ਕਰਦੇ ਹਾਂ। ਮੈਮ ਤੁਹਾਡਾ ਨਾਮ ਪਲੀਜ਼? ਮਾਹੀ। ਮਾਹੀ ਮੈਮ, ਏਜ ਕਿੰਨੀ ਹੈ ਤੁਹਾਡੀ? ਮੇਰੀ 20। 20 ਭਾਜੀ, ਇਹੋ ਜਿਹੀ ਕੁੜੀਆਂ ਜਦੋਂ ਵਿਆਹੀਆਂ ਜਾਈਆਂ ਨਾ, ਸਭ ਤੋਂ ਪਹਿਲਾਂ ਇੱਕੋ ਕੰਮ ਕਰਦੀਆਂ, ਆਪਣੇ ਬੱਚਿਆਂ ਨੂੰ ਲੁਕਾਉਂਦੀਆਂ।
ਜੇ ਕਿਧਰੇ ਪਾਰਟੀ ਤੇ ਇਹਨਾਂ ਨੂੰ ਜਵਾਕਾਂ ਨੂੰ ਲੈ ਕੇ ਜਾਣਾ ਪਵੇ ਨਾ ਤੇ ਘਰੇ ਉਹ ਸਮਝਾ ਕੇ ਲੈ ਕੇ ਜਾਂਦੀ ਹੈ, ਗੱਲ ਸੁਣ ਲਵੇ, ਇੱਧਰ ਛੋਟਿਆਂ ਤੇ ਇੱਧਰ ਵੱਡਿਆਂ ਗੱਲ ਸੁਣ ਲੈ ਮੇਰੀ। ਜੇ ਮੈਨੂੰ ਪਾਰਟੀ ਦੇ ਉੱਤੇ ਜਾ ਕੇ ਮੰਮੀ ਕਹਿਤਾ ਨਾ ਮੈਨੇ ਨਾ ਤੁਹਾਰੇ ਨਾ ਦੁਨੀ ਪੇ ਠੁੱਡੇ ਮਾਰਨੇ ਹੈ, ਮੈਨੂੰ ਉੱਥੇ ਜਾ ਕੇ ਕਹਿੰਦੇ ਦੀਦੀ। ਪਾਰਟੀ ਤੇ ਜਾਂਦੇ ਆ, ਪਾਰਟੀ ਇੰਜੋਏ ਕਰਦੇ, ਉੱਧਰੋਂ ਡੈਡੀ ਲੈਣ ਆ ਜਾਂਦੇ ਆ, ਹੁਣ ਟੈਨਸ਼ਨ। ਬੱਚਾ ਜਾਂਦਾ ਕਹਿੰਦਾ ਮੰਮੀ ਉਹ ਦੀਦੀ ਭਈਆ ਆਏ ਹੈ। ਸੋ ਮੈਮ ਵਟਸ ਯੂਰ ਨੇਮ? ਰੋਮਾ। ਰੋਮਾ ਮੈਮ, ਭਾਅ ਜੀ ਮਜ਼ਾ ਬਹੁਤ ਆਉਂਦਾ ਰੋਮਾ ਵਰਗੀ ਕੁੜੀਆਂ ਜਦੋਂ ਪਾਰਟੀ ਦੇ ਵਿੱਚ ਜਾਂਦੀਆਂ ਨਾ, ਇਹਨਾਂ ਦਾ ਐਕਸੈਂਟ ਬਦਲ ਜਾਂਦਾ। ਇਹ ਤਿੰਨ ਚਾਰ ਬੈਠੀਆਂ ਤਾਂ ਕਿਆ ਜਾਣ ਲੈਵਾ ਹਿੰਦੀ ਪੰਜਾਬੀ ਬੋਲਦੀ। ਰੋਮਾ ਕਹਿ ਰਹੀ ਸੀ ਯੂ ਨੋ ਯਾਰ ਕੱਲ ਹਮਨੇ ਇਤਨਾ ਇੰਜੋਏ ਕੀਆ, ਮੈਂ ਕਿਆ ਬਤਾਊਂ, ਓ ਮਾਈ ਗੋਡ, ਕੱਲ ਪਾਰਟੀ 'ਚ ਮੈਂ ਗਈ ਥੀ, ਮੈਨੇ ਵਹਾਂ ਪੇ ਤਿੰਨ ਚਾਰ ਗੋਲ ਗੱਪੇ ਖਾਏ, ਹੋ ਹੋ ਇਹ ਗੋਲ ਗੱਪੇ ਤੋਂ ਮੇਰੇ ਮੂੰਹ ਮੇਂ ਹੀ ਪਾਟ ਗਿਆ। ਅਤੇ ਦੂਜੀ ਵੀ ਘੱਟ ਨਹੀਂ ਹੁੰਦੀ, ਉਹ ਇਸ ਤੋਂ ਵੀ ਜਾਨ ਲੇਵਾ, ਇਸ ਤੋਂ ਵੀ ਜਾਨ ਲੇਵਾ ਪੰਜਾਬੀ ਬੋਲਦੀ, ਹੋ ਮਾਈ ਗੋਡ ਯਾਰ ਰੋਮਾ, ਤੁਮਨੇ ਤਾਂ ਕੁਛ ਵੀ ਨਹੀਂ ਕੀਆ, ਹਮਨੇ ਜੋ ਫਨ ਕੀਆ, ਯੂ ਨੋ ਕੱਲ ਸਿਲਵੀ ਵੀ ਆਈ ਹੋਈ ਥੀ, ਹਮ ਬਾਇਸ ਕੀ ਮਾਰਕੀਟ ਮੇਂ ਗਏ, ਹਮ ਰਿਕਸ਼ਾ ਪੇ ਬੈਠੇ ਔਰ ਰਿਕਸ਼ਾ ਆਗੇ ਸੇ ਚੁੱਕ ਆ ਗਿਆ। ਸੋ ਇਹ ਸੀ ਭਾਅ ਜੀ ਗੱਲ ਕਰ ਰਹੇ ਸੀ ਆਪਾਂ, ਬੇਸਿਕਲੀ ਇਹਨਾਂ ਸਾਰਿਆਂ ਨੇ ਅਟੈਕਸ਼ਨ ਕੀਤੀ। ਸੋ ਮੈਂ ਗੱਲ ਕਰਦਾ ਆਪਦੇ ਬਾਰੇ, ਮਾਈ ਸੈਲਫ ਰੂਬੀ, ਜਿਵੇਂ ਪਰਵਿੰਦਰ ਭਾਅ ਜੀ ਨੇ ਦੱਸਿਆ ਨਾ, ਬੇਸਿਕਲੀ ਆਈ ਐਮ ਬਿਲੋਂਗ ਟੂ ਅਬੋਹਰ। ਭਾਅ ਜੀ ਜਦੋਂ ਮੈਂ ਇੱਥੇ ਆਉਣਾ ਸੀ ਨਾ, ਮੈਂ ਉਹਦੀ ਮਦਰ ਨੂੰ ਸਭ ਤੋਂ ਪਹਿਲੇ ਕਿਹਾ, ਮੈਂ ਕਿਹਾ ਮੰਮਾ ਐਕਸਕਿਊਜ਼ ਮੀ ਮੰਮਾ, ਮੈਂ ਜਾ ਰਿਹਾ ਪੀ ਡੀ ਸੀ ਦੇ ਪ੍ਰੋਗਰਾਮ ਦੇ ਵਿੱਚ, ਪਾਓ ਖੱਪ ਦੇ ਵਿੱਚ ਮੈਨੂੰ ਆਸ਼ੀਰਵਾਦ ਦਿਓ। ਮੰਮੀ ਕਹਿੰਦੀ ਕੀ ਦੱਸਿਆ ਨਾ, ਮੈਂ ਕਿਹਾ ਮੰਮੀ ਪਾਓ ਖੱਪ, ਕਹਿੰਦੀ ਲੈ ਉਹਨਾਂ ਨੂੰ ਹੁਣ ਪਤਾ ਲੱਗਿਆ, ਅਸੀਂ ਤਾਂ 30 ਸਾਲ ਪਹਿਲਾਂ ਪਾ ਵੀ ਦਿੱਤੀ। ਸੋ ਭਾਅ ਜੀ ਤਿੰਨੇ ਭੈਣ ਭਰਾਵਾਂ ਦੇ ਵਿੱਚੋਂ ਮੈਂ ਸਭ ਤੋਂ ਜ਼ਿਆਦਾ ਕਮਜ਼ੋਰ। ਮੈਂ ਜਦੋਂ ਹੋਇਆ ਨਾ, ਕਿਸੇ ਨੇ ਡੈਡੀ ਪੁੱਛਿਆ ਕੀ ਹੋਇਆ, ਡੈਡੀ ਕਹਿੰਦੇ ਯਾਰ ਪਤਾ ਨਹੀਂ ਕੋਈ ਅਫਵਾਹ ਜੀ ਹੋਈ ਆ। ਹਾਂ ਕਮਾਲ ਹੋ ਗਏ ਤੁਹਾਡੀ ਯਾਰ, ਡੈਡੀ ਤੁਸੀਂ ਮੰਨੇ ਨਹੀਂ ਮੈਂ ਹੋਇਆ, ਡੈਡੀ ਕਹਿੰਦੇ ਬੇਟੇ ਤੂੰ ਮੰਨਣ ਵਾਲੀ ਚੀਜ਼ ਹੀ ਨਹੀਂ ਸੀ। ਭਾਅ ਜੀ ਤੁਸੀਂ ਦੱਸਿਆ ਕਿ ਮੈਂ ਥੀਏਟਰ ਵੀ ਕਰਦਾ, ਐਕਟਿੰਗ ਵੀ ਕਰਦਾ, ਫਿਲਮਾਂ ਦੇ ਵਿੱਚ ਵੀ ਕੰਮ ਕਰ ਰਿਹਾ। ਸੋ ਐਕਟਿੰਗ ਤੋਂ ਪਹਿਲਾਂ ਨਾ ਭਾਅ ਜੀ ਮੇਰਾ ਸ਼ੌਂਕ ਸੀ ਕਿ ਮੈਂ ਸਿੰਗਿੰਗ ਕਰਾਂ। ਡੈਡੀ ਕਹਿੰਦੇ ਠੀਕ ਹੈ ਬਣ ਜਾ ਬੇਟੇ, ਓਕੇ ਡੈਡੀ, ਉਸਤਾਦ ਕਹਿੰਦੇ ਆ ਜਾ ਤੈਨੂੰ ਉਸਤਾਦ ਵਿਖਾਉਣਾ। ਮੈਂ ਚਲੇ ਗਿਆ। ਹੁਣ ਤੁਸੀਂ ਉਸਤਾਦ ਦੇ ਨਾਮ 'ਤੇ ਹੀ ਅੰਦਾਜ਼ਾ ਲਗਾ ਲਓ ਉਸਤਾਦ ਕਿੰਨਾ ਫੇਮਸ ਹੋਏਗਾ। ਮੇਰੇ ਉਸਤਾਦ ਦਾ ਨਾਮ ਸੀ ਮੇਛੀ ਉਸਤਾਦ, ਮੇਛੀ ਉਸਤਾਦ। ਭਾਅ ਜੀ ਇਹ ਜਿਹਾ ਬੰਦਾ ਨਾ ਸਿਰਫ ਇੱਕੋ ਕੰਮ ਕਰਦਾ, ਵੀ ਕੋਈ ਕਹਿੰਦਾ ਨਾ ਉਹ ਮੇਛੀ ਕਿੰਨਾ ਕੁ ਵਿਹਲਾ, ਜਿਵੇਂ ਤੁਸੀਂ ਗੱਲ ਕੀਤੀ ਵਿਹਲਿਆਂ ਵਾਲੀ, ਇਹ ਇੰਨਾ ਕੁ ਵਿਹਲਾ ਬੰਦਾ ਹੁੰਦਾ, ਇਹਦਾ ਸਿਰਫ ਇੱਕੋ ਕੰਮ ਹੁੰਦਾ, ਲੰਗਰ 'ਤੇ ਚਲੇ ਜਾਂਦੇ ਅਤੇ ਹੈਲੋ ਭਾਈ ਸਾਹਿਬ ਇਹਨੂੰ ਲੰਗਰ ਦਿਉ, ਉਹਨੂੰ ਲੰਗਰ ਦਿਉ, ਉਹਨੂੰ ਲੰਗਰ ਦਿਉ, ਫਿਰ ਮੈਨੂੰ ਵੀ ਲੰਗਰ ਦਿਉ। ਔਰ ਦੇਖੋ ਭਾਅ ਜੀ ਅੱਗੇ ਵੇਖੋ ਕੀ ਕੀ ਹੁੰਦਾ, ਮੇਚੀ ਉਸਤਾਦ ਕੋਲ ਮੈਂ ਚਲਾ ਗਿਆ, ਔਰ ਮੇਚੀ ਉਸਤਾਦ ਦਾ ਸਿਖਾਉਣ ਦਾ ਤਰੀਕਾ, ਕਹਿੰਦੇ ਵਾਜਾ ਲੈ ਕੇ, ਮੈਂ ਵਾਜਾ ਚੱਕਿਆ, ਮੈਂ ਵਾਜਾ ਲੈ ਕੇ ਉਸਤਾਦ ਜੀ ਕੋਲ ਆ ਗਿਆ, ਕਹਿੰਦੇ ਇੱਕ ਕੰਮ ਕਰੋ ਸਿਰ ਲਗਾ। ਉਸਤਾਦ ਜੀ ਕੀ ਸਿਰ? ਮੈਂ ਕਿਹਾ ਉਸਤਾਦ ਜੀ ਹੌਲੀ, ਤੁਹਾਡੇ ਸਾਰੇ ਸੁਰ ਮੇਰੀ ਅੱਖਾਂ 'ਚ ਪੈ ਗਏ। ਮੈਨੂੰ ਕਹਿੰਦੇ ਚੱਲ ਸੁਰ ਲਗਾ, ਕਹਿੰਦੇ ਉੱਚਲ ਠੀਕ। ਕਲਾਸੀਕਲ ਜਿਹੜੇ ਸਿੰਗਰ ਹੁੰਦੇ ਨੇ ਭਾਅ ਜੀ, ਉਹਨਾਂ ਦੀ ਖਾਸੀਅਤ ਬਹੁਤ ਜ਼ਿਆਦਾ ਹੁੰਦੀ, ਕਿਸੇ ਵੀ ਫੰਕਸ਼ਨ 'ਤੇ ਜਦੋਂ ਜਾਣਗੇ ਨਾ ਇੱਕੋ ਗੱਲ ਕਹਿਣਗੇ, ਜਿਵੇਂ ਮਿਊਜ਼ਿਕ ਵਾਲੇ ਬੈਠੇ ਨੇ, ਥੋੜ੍ਹਾ ਬੇਟੇ ਉੱਪਰ ਲਓ, ਥੋੜ੍ਹਾ ਨੀਚੇ ਲਓ, ਥੋੜ੍ਹਾ ਸਾਈਡ ਮਿਲੋ। ਭਾਅ ਜੀ ਕੁਛ ਨਹੀਂ ਕਰਨਾ, ਇਹਨਾਂ ਨੇ ਗਾਣਾ ਉੱਥੇ ਹੀ ਹੈ, ਬਸ ਉੱਪਰ ਨੀਚੇ ਲਓ, ਬਾਹਰ ਚਲੇ ਜਾਓ।
ਮੈਂ ਫਿਰ ਵੀ ਟੀਟ, ਮੈਂ ਕੋਈ ਗੱਲ ਨਹੀਂ, ਮੈਂ ਐਕਟਰ ਬਣਨਾ, ਸਿੰਗਰ ਬਣਨਾ, ਜਾਣਾ ਮੈਂ ਮਦਾਨੇ ਜੰਗ 'ਚ, ਮੈਂ ਨਹੀਂ ਛੱਡਦਾ ਉਸਤਾਦ ਜੀ ਨੂੰ, ਮੈਂ ਉਸਤਾਦ ਜੀ ਦੇ ਪੇਰੇ ਪੈ ਹੀ ਗਿਆ। ਮੈਂ ਕਿਹਾ ਉਸਤਾਦ ਜੀ ਸਿਖਾ ਕੇ ਜਾਓ। ਚਲੋ ਫਿਰ ਉਸਤਾਦ ਜੀ ਨੇ ਸਿਖਾਉਣਾ ਸ਼ੁਰੂ ਕਰਤਾ। ਮੈਂ ਅਤੇ ਉਸਤਾਦ ਜੀ ਹੁਣ ਇੱਕ ਫੰਕਸ਼ਨ 'ਤੇ ਚਲੇ ਗਏ, ਮੈਂ ਅਤੇ ਉਸਤਾਦ ਜੀ ਨੇ ਗਾਣਾ ਸ਼ੁਰੂ ਕੀਤਾ। ਅਸੀਂ ਸਟੇਜ 'ਤੇ ਚੜ੍ਹੇ, ਵਾਜਾ ਚੱਕਿਆ, ਐਨੀ ਦਿਨ ਇੱਕ ਬੰਦਾ ਤਲਵਾਰ ਲੈ ਗਿਆ। ਉਸਤਾਦ ਜੀ ਡਰ ਗਏ, ਗਾਣਾ ਬੰਦ ਕਰਤਾ। ਕਹਿੰਦੇ ਨਹੀਂ ਨਹੀਂ ਬੇਟੇ, ਤੁਸੀਂ ਗਾਓ, ਤੁਸੀਂ ਦੋਵੇਂ ਗਾਓ, ਮੈਂ ਤਾਂ ਉਸ ਕੰਜਰ ਨੂੰ ਲੱਭੀ ਹਾਂ ਨਾ ਜਿਹੜਾ ਤੁਹਾਨੂੰ ਦੋਵਾਂ ਨੂੰ ਲੈ ਕੇ ਆਇਆ। ਉਸਤਾਦ ਜੀ ਕਹਿੰਦੇ ਐਸੀ ਬਾਤ ਨਹੀਂ ਹੈ, ਅਬ ਸੁਣੀਏ ਰਾਗ ਵੀ ਸੁਣਾ ਦੋ ਆਪਕੋ। ਚਲੋ ਜੀ, ਉੱਥੋਂ ਕਰਕੇ ਇੱਕ ਬੰਦਾ ਬੋਲਿਆ, ਓਹੋ ਵੰਸ ਮੋਰ ਉਸਤਾਦ ਜੀ। ਸ਼ੁਕਰੀਆ। ਉਹ ਤਾਂ ਫਿਰ ਇੱਕ ਬੰਦਾ ਬੋਲਿਆ, ਵੰਸ ਮੋਰ ਉਸਤਾਦ ਜੀ। ਉਸਤਾਦ ਜੀ ਨੇ ਹੌਸਲੇ ਬੁਲੰਦ, ਆਪਕੋ ਇਸ ਦਾ ਅੱਛਾ ਮੇਰਾ ਰਾਗ ਲਗਾ। ਕਹਿੰਦਾ ਨਹੀਂ ਸਾਲਿਆ, ਜਦੋਂ ਤੱਕ ਸਹੀ ਨਹੀਂ ਸੁਣਾਉਂਦਾ ਨਾ ਜਾਣ ਹੀ ਦੇਣਾ। ਉਹ ਕਲਾਸੀਕਲ ਦਾ ਇੱਕ ਹੋਰ ਬੜਾ ਬੈਨੀਫਿਟ ਭਾਅ ਜੀ, ਚਲਦੀ ਮਹਿਫਿਲ ਜੋ ਮੇਲਾ ਕਲਾਸਿਕ ਵਾਲੇ ਲੁੱਟਦੇ ਨੇ ਨਾ, ਆਹ ਮਿਊਜ਼ਿਕ ਵਾਲੇ ਲੁੱਟਦੇ ਨੇ, ਕੋਈ ਨਹੀਂ ਲੁੱਟ ਸਕਦਾ। ਤੁਸੀਂ ਕਦੇ ਇਹਨਾਂ ਦਾ ਟੋਨ ਵੇਖਿਆ ਕਰੋ, ਇਹ ਵਜਾਉਂਦੇ ਹੁਣ ਅੱਜ ਵੀ ਦੇਖਿਆ ਜੇ, ਆਹ ਮੈਂ ਆਇਆ ਵਜਾ ਰਿਹਾ, ਉੱਧਰ ਕੁੜੀ ਪਈ ਟਿੰਟਾ ਟਿੰਟਾ ਆ, ਵੇਖੋ। ਸੋ ਭਾਅ ਜੀ ਇਹ ਤਾਂ ਸੀ ਮੇਰਾ ਕਲਾਸੀਕਲ ਹਰ ਸਿੰਘ, ਪਰ ਮੈਂ ਸੋਚਿਆ, ਮੈਂ ਕਿਹਾ ਨਹੀਂ ਕਲਾਸੀਕਲ ਵਾਲਾ ਜ਼ਮਾਨਾ ਹੁਣ ਨਹੀਂ ਰਿਹਾ, ਮੈਂ ਬਣਾਂਗਾ ਪੋਪ ਸਿੰਗਰ। ਭਾਅ ਜੀ ਇਹ ਵੀ ਕਲਾਸੀਕਲ ਤੋਂ ਘੱਟ ਨਹੀਂ ਹੁੰਦੇ, ਮੈਂ ਸਿੱਖ ਲਿਆ। ਇੱਕ ਆਂਟੀ ਖੜੀ, ਇੱਕ ਅੰਕਲ ਖੜਾ, ਨਾਲੇ ਉਹਨਾਂ ਦੀ ਸਵੀਟ ਜੀ ਸੁੰਦਰ ਜੀ ਕੰਨਿਆ। ਹੁਣ ਮੇਰਾ ਸਾਰਾ ਧਿਆਨ ਕੰਨਿਆ ਵੱਲ, ਮੈਂ ਗੱਲ ਹੈ ਕੰਨਿਆ ਨੂੰ ਤਾਂ ਨਹੀਂ ਅੱਜ ਜਾਣ ਦੇਣਾ। ਮੈਂ ਆਂਟੀ ਵੱਲ ਸ਼ੁਰੂ ਹੋਇਆ, ਮੈਂ ਕਿਹਾ ਤੂੰ ਨਹੀਂ ਬੋਲਦੀ ਰੱਖਾ ਨੇ, ਤੂੰ ਨਹੀਂ ਬੋਲਦੀ ਚਿੱਤਰੇ ਚ ਤੇਰਾ। ਆਂਟੀ ਕਹਿੰਦੀ ਯਾਰ ਬੋਲਦਾ। ਹੁਣ ਮੈਂ ਆ ਗਿਆ ਅੰਕਲ ਵੱਲ, ਮੈਂ ਕਿਹਾ ਤੂੰ ਨਹੀਂ ਬੋਲਦੀ ਰੱਖਾ ਨੇ, ਤੂੰ ਨਹੀਂ ਬੋਲਦੀ ਤੇਰੇ ਚ ਤੇਰਾ। ਅੰਕਲ ਆਂਟੀ ਵੱਲ ਵੇਖ ਕੇ ਕਹਿੰਦਾ ਯਾਰ ਬੋਲਦਾ, ਯਾਰ ਬੋਲਦਾ, ਕਰੇ ਚੱਲ ਯਾਰ ਬੋਲਦਾ। ਹੁਣ ਰਹਿ ਗਈ ਕੁੜੀ, ਮੈਂ ਕਿਹਾ ਤੂੰ ਨਹੀਂ ਬੋਲਦੀ ਰੱਖਾ ਨੇ, ਤੂੰ ਨਹੀਂ ਬੋਲਦੀ ਤੇਰੇ ਚ ਤੇਰਾ। ਓ ਮਾਈ ਗੋਡ ਯਾਰ ਬੋਲਦਾ। ਫਿਰ ਮੈਂ ਫਾਈਨਲੀ ਸੋਚਿਆ ਯਾਰ ਕਿ ਇਸ ਫੀਲਡ ਤੋਂ ਇਲਾਵਾ ਇੱਕ ਫੀਲਡ ਹੋਰ ਬਚੀ ਹੈ, ਐਕਟਿੰਗ, ਜੋ ਮੇਰਾ ਪੈਸ਼ਨ। ਮੈਂ ਕਿਹਾ ਮੈਂ ਐਕਟਿੰਗ ਵੱਲ ਜਾਣਾ, ਠੀਕ ਹੈ ਜੀ। ਆਡੀਸ਼ਨ ਆਇਆ ਭਾਅ ਜੀ, ਮੈਂ ਆਡੀਸ਼ਨ ਦੇਣਾ ਸ਼ੁਰੂ ਕਰਤਾ। ਆਡੀਸ਼ਨ ਦੇ ਵਿੱਚ ਡਾਇਲੋਗ ਆਇਆ, ਮਿਲੋਡ ਮੈਂ ਇਕਰਾਰ ਕਰਦਾ ਕਿ ਬੋਬੀ ਡੋਨ ਕਤਲ ਡਕੈਤੀ ਅਤੇ ਦਹਿਸ਼ਤਗਰਦੀ ਦੇ ਕੇਸਾਂ ਦੇ ਵਿੱਚ ਸ਼ਾਮਿਲ ਸੀ, ਅਤੇ ਮੈਂ ਅਦਾਲਤ ਕੋਲ ਉਮੀਦ ਕਰਦਾ ਕਿ ਅਦਾਲਤ ਉਸਨੂੰ ਕੜੀ ਤੋਂ ਕੜੀ ਸਜ਼ਾ ਦੇ ਕੇ ਇਸ ਸੋਹਣੀ ਧਰਤੀ ਤੋਂ ਇਹੋ ਜਿਹੇ ਬਦਮਾਸ਼ਾਂ ਨੂੰ ਦੂਰ ਕਰੇਗੀ। ਪਰ ਮਿਲੋਡ, ਇਹਦਾ ਮਤਲਬ ਇਹ ਤਾਂ ਨਹੀਂ ਇਹ ਬੰਦਾ ਜਿਹੜਾ ਕੈਟਾਗਰੀ ਦੇ ਵਿੱਚ ਖੜਾ ਹੈ ਬੋਬੀ ਡੋਨ ਹੈ, ਨਹੀਂ ਮਿਲੋਡ, ਬਲਕਿ ਇਹ ਤਾਂ ਸ਼ਹਿਰ ਦਾ ਮਸ਼ਹੂਰ ਪਾਮਿਸਟ ਹੈ। ਭਾਅ ਜੀ ਡਾਇਲੋਗਸ ਬੋਲਣ ਦੀ ਵਾਰੀ ਮੇਰੀ, ਮੈਂ ਡਾਇਲੋਗ ਬੋਲਿਆ, ਅੱਗੋਂ ਇੱਕ ਆਵਾਜ਼ ਆਈ ਜਿਹਨੂੰ ਡਾਇਲੋਗ ਪਸੰਦ ਨਹੀਂ ਆਇਆ, ਅਤੇ ਉਹਨੇ ਸਾਡੇ ਆਡੀਸ਼ਨ ਕਿਵੇਂ ਲਿੱਤਾ। ਹੁਣ ਇਹੀ ਡਾਇਲੋਗ ਹੈ ਸਾਨੂੰ ਉਹ ਬੰਦਾ ਦੱਸ ਰਿਹਾ, ਹੁਣ ਉਹ ਬੰਦਾ ਪਰਫਾਰਮ ਕਰ ਰਿਹਾ, ਮਿਲੋਡ ਮੈਂ ਇਕਰਾਰ ਕਰਦਾ ਕਿ ਬੋਬੀ ਡੋਨ ਕਤਲ ਡਕੈਤੀ ਅਤੇ ਦਹਿਸ਼ਤਗਰਦੀ ਦੇ ਕੇਸਾਂ 'ਚ ਸ਼ਾਮਿਲ ਸੀ, ਅਤੇ ਮੈਂ ਅਦਾਲਤ ਕੋਲ ਉਮੀਦ ਕਰਦਾ ਕਿ ਅਦਾਲਤ ਇਹਨੂੰ ਕੜੀ ਤੋਂ ਕੜੀ ਸਜ਼ਾ ਦੇ ਕੇ ਇਸ ਸੋਹਣੀ ਧਰਤੀ ਤੋਂ ਇਹੋ ਜਿਹੇ ਦੁਰਦਸ਼ਾ ਨੂੰ ਹਮੇਸ਼ਾ ਲਈ ਦੂਰ ਕਰੇਗੀ।
ਮੈਂ ਕਿਹਾ ਵੀਰੇ ਜੋ ਤੂੰ ਦੂਰ ਕਰ ਰਿਹਾ ਨਾ, ਐਵੇਂ ਤਾਂ ਕੁਛ ਦੂਰ ਨਹੀਂ ਹੋਣਾ। ਡਾਇਲੋਗ ਸੀ ਨੈਕਸਟ ਆਉਂਦਾ, ਸੋ ਮਿਲੋ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹਨੂੰ ਹਮੇਸ਼ਾ ਲਈ ਆਜ਼ਾਦ ਕਰ ਦਿਓ। ਸੋ ਭਾਅ ਜੀ ਇਹ ਸੀ ਮੇਰੀ ਜਰਨੀ, ਜੋ ਤਾਂ ਮੈਂ ਤੁਹਾਨੂੰ ਦੱਸੀ ਕਿ ਮੈਂ ਪਹਿਲਾਂ ਸਿੰਗਰ ਵੀ ਬਣਨਾ ਚਾਹੁੰਦਾ ਸੀ, ਐਕਟਰ ਵੀ ਬਣਨਾ ਚਾਹੁੰਦੇ ਸੀ, ਬਟ ਆਈ ਮਸਟ ਸੇ ਕਿ ਥੈਂਕ ਯੂ ਸੋ ਮਚ PDC ਪੰਜਾਬੀ। ਤਾਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਕਹਿੰਦਾ ਸ਼ੱਕਰ ਗੁੜ ਪਤਾਸੇ ਵੰਡ, ਹਰ ਦਿਲ ਨੂੰ ਦਲਾਸੇ ਵੰਡ, ਜੇ ਤੂੰ ਖੁਸ਼ੀਆਂ ਵੰਡਣ ਲੱਗਿਆ ਫੇਰ ਤੂੰ ਚਾਰੇ ਪਾਸੇ ਵੰਡ, ਤੇ ਆਪਣੀ ਅੱਖ ਦੇ ਅਥਰੂ ਲੈ ਕੇ ਚੱਲ ਕਲਾਕਾਰਾ ਤੂੰ ਹਾਸੇ ਵੰਡ। ਲਵ ਯੂ ਆਲ, ਥੈਂਕ ਯੂ ਸੋ ਮਚ। ਤੇਰਾ ਕੋਈ ਕੰਮ ਨੀ ਹੈਗਾ, ਕਲੈਪ ਮਾਰੀ ਦੀ ਹੈ। ਹਾਂ ਮੇਰੇ ਨੀ ਮਾਰਨੀ, ਤੈਨੂੰ ਮੈਂ ਦੱਸਦਾ ਕਿੱਥੇ ਮਾਰਨੀ ਹੈ, ਦੋ ਮਿੰਟ ਰੁਕ ਜਾ, ਮਾੜੀ ਗੱਲਬਾਤ ਕਰਨ ਦੀ। ਰੂਬੀ ਵੀਰੇ ਡਾਇਰੈਕਟਰ ਵੀ ਮੈਂ ਹੀ, ਪ੍ਰੋਡਿਊਸਰ ਵੀ ਮੈਂ ਹੀ, ਤੇ ਰਾਈਟਰ ਵੀ ਮੈਂ ਹੀ। ਠੀਕ ਹੈ, ਕਿਉਂ ਨਿੱਕਾ ਪਰ ਤਿੱਖਾ ਜੈਲਦਾਰ ਕਿੰਨਾ ਵਧੀਆ ਨਾਮ, ਬਹੁਤ ਜ਼ਿਆਦਾ ਨਿੱਕਾ ਜੈਲਦਾਰ। ਭਾਜੀ ਯਾਰ ਪਲੀਜ਼ ਇੰਟਰਪਟ ਨਾ ਕਰੋ, ਮੈਂ ਸੀਨ ਦੱਸਾਂ, ਕੰਟੀਨਿਊ, ਮੈਂ ਸੀਨ ਦੱਸਦਾ ਤੁਹਾਨੂੰ ਬਸ। ਤੇਰਾ ਐਕਟ ਵੈਸੇ ਮੈਂ ਪਾਇਆ ਵਿੱਚ, ਪਾਇਆ ਮੈਂ ਐਕਟ ਵਿੱਚ ਤੇਰਾ ਪਾਇਆ, ਰੁਕ ਜਾ, ਉਹ ਸਾਰੀ એનર્ਜੀ ਖਤਮ ਹੋ ਜਾਏਗੀ, ਇੱਧਰ ਲਾ ਦੇ। ਭਾਜੀ ਸੀਨ ਦੱਸਦਾ ਤੁਹਾਨੂੰ, ਤੂੰ ਵੀ ਸਮਝ ਲੈ ਨਾਲੇ। ਠੀਕ ਹੈ, ਸੀਨ ਹੈਗਾ ਇੱਦਾਂ ਭਾਜੀ, ਭਾਜੀ ਢਿੱਡਲ ਜੇ ਸਰਦਾਰ ਦੇ ਨਾ ਚਪੇੜਾਂ ਪੈ ਰਹੀਆਂ ਨੇ, ਵਾਹ, ਤੇ ਮੇਰੀ ਐਂਟਰੀ ਹੁੰਦੀ ਆ, ਵਾਹ, ਮੈਂ ਉਹਦੇ ਢਿੱਡ ਦੇ ਉੱਤੇ ਪੈਰ ਰੱਖ ਕੇ ਨਾ ਅੱਗੇ ਨਿਕਲ ਗਿਆ, ਤੇ ਅੱਗੇ ਭਾਜੀ ਸੋਹਣੀ ਜਿਹੀ ਕੁੜੀ ਨਾ ਰੇਂਜ ਰੋਵਰ ਦੀ ਨਾ ਟਾਕੀ ਖੋਲੀ ਖੜੀ ਆ। ਅੱਛਾ, ਤੇ ਮੈਂ ਜਾਣਾ ਭਾਜੀ ਉਹਦੀ ਸੀਟ ਤੇ ਨਾ ਸਾਈਕਲ ਦੀ ਚਾਬੀ ਚੱਕ ਕੇ ਸਾਈਕਲ ਚੱਕ ਕੇ ਤੁਰ ਪੈਂਦਾ। ਬਿਲਕੁਲ ਸਹੀ ਕਿਹਾ ਇਹਨੇ, ਸਾਈਕਲ ਵਾਲਾ ਹੀ ਆ, ਗੱਡੀ ਤੇ ਕੋਈ ਚੱਲਦੀ ਨਹੀਂ, ਗੱਡੀ ਚਲਾਵੇ ਕਿੱਦਾਂ, ਸਟੀਅਰਿੰਗ ਤਾਂ ਦੇ ਉੱਤੇ ਮੂੰਹ ਜਾਂਦਾ ਹੀ ਨਹੀਂ, ਨਾ ਥੱਲੇ ਪੈਰ ਬ੍ਰੇਕਾਂ ਤੱਕ ਪਹੁੰਚਦੇ। ਭਾਜੀ ਪਰਸੋਂ ਦੀ ਗੱਲ ਸਮਝੋ, ਜਦੋਂ ਗੱਡੀ ਦੇ ਵਾਈਪਰ ਨਹੀਂ ਚੱਲ ਰਹੇ ਸੀ, ਕੁੜੀ ਨੇ ਇਹਨੂੰ ਫੜਿਆ ਅਤੇ ਅੱਗੇ ਸ਼ੀਸ਼ੇ 'ਤੇ ਮਾਰਤਾ। ਰੂਬੀ ਭਾਅ ਜੀ ਮੈਂ ਤੁਹਾਡਾ ਨਾ ਸੀਨ ਛੋਟਾ ਕਰ ਦੇਣਾ ਹੋਰ, ਥੋੜ੍ਹਾ ਖੌਫ ਪਾਓ ਨਾ ਇਹਦੇ ਕੋਲ, ਮੈਨੂੰ ਦੱਸੋ ਚਪੇੜਾ ਪੈ ਰਹੀਆਂ ਛੜਾ ਛੜ, ਜਿਹੜੀ ਇਹਨੇ ਖੌਫ ਵਾਲੀ ਗੱਲ ਕਹੀ ਨਾ, ਮੈਂ ਡਰਿਆ ਹਾਂ। ਪੁੱਛੋ ਕਿਉਂ ਭਾਅ ਜੀ, ਕੱਲ੍ਹ ਇਹਨੇ ਮੇਰੇ ਗਿੱਟੇ 'ਤੇ ਦੰਦੀ ਵੱਢੀ, ਮੇਰੇ 14 ਧੁਨੀ 'ਚ ਟੀਕੇ ਲੱਗੇ। ਭਾਅ ਜੀ ਚੁੱਪ ਕਰਕੇ ਬਹਿ ਜਾਓ, ਉੱਡ ਕੇ ਚਪੇੜ ਮਾਰਨੀ ਹੈ, ਕੰਟੀਨਿਊ। ਇਹਦੇ ਗਿੱਟੇ 'ਚ ਦੰਦੀ ਵੱਢੀ ਅਤੇ ਇਹਦੇ 14 ਟੀਕੇ ਲੱਗੇ ਧੁਨੀ 'ਚ, ਅਤੇ ਜੇ ਮੈਂ ਧੁਨੀ 'ਚ ਦੰਦੀ ਵੱਢਦਾ ਫੇਰ ਕਿੱਥੇ ਲੱਗਦੀ। ਅੱਛਾ ਮੇਰੀ ਗੱਲ ਸੁਣ, ਸੋਹਣਾ ਹੋਣਾ ਤੂੰ? ਨਹੀਂ ਮੈਂ ਸੋਹਣਾ ਨਹੀਂ ਮੰਨਣਾ, ਮੈਂ ਤਾਂ ਸੋਹਣਾ ਪਹਿਲਾਂ ਹੀ ਬਹੁਤ ਹਾਂ। ਸਹੀ, ਫਿਰ ਇੱਕ ਕੰਮ ਕਰ ਯਾਰ, ਕਿਸੇ ਪਾਸੇ ਜਾ ਕੇ ਡਿਲੀਟ ਹੋ ਜਾ। ਭਾਅ ਜੀ ਤੁਸੀਂ ਨਾ ਰੂਬੀ ਭਾਅ ਜੀ ਕੀ ਗੱਲਾਂ ਕਰੀਆਂ ਨੇ, ਤੁਸੀਂ ਡਾਇਰੈਕਟਰ ਨੂੰ ਨਹੀਂ ਕਰੀਆਂ, ਮੈਂ ਦੱਸ ਰਿਹਾ ਨਾ ਤੁਹਾਡਾ ਸੀਨ ਮੈਂ ਛੋਟਾ ਕਰ ਦੇਣਾ, ਤੇ ਤੇਰਾ ਸੀਨ ਤਾਂ ਨਾ ਮੈਂ ਵੈਸੇ ਲਿਖਿਆ ਹੋਇਆ, ਮੈਂ ਸੀਨ ਦੱਸ ਦਵਾਂ ਇੱਕ, ਦੱਸ ਦੋ। ਇਹਦੇ ਵਿੱਚ ਉਂਗਲੀ ਰੱਖੋ, ਇਹਦੇ ਵਿੱਚ ਰੱਖਾਂ, ਰੱਖੋ ਸਿੱਧੀ ਕਰਕੇ ਰੱਖੋ, ਹਾਂ ਚਲੋ
ਰੱਖੋ ਰੱਖੋ ਰੱਖੋ। ਨਹੀਂ ਭਾਅ ਜੀ ਯਾਰ, ਹੁਣ ਦੇਖੋ ਭਾਅ ਜੀ ਸੀਨ ਹੈਗਾ ਇੱਦਾਂ ਵੀ ਤੁਸੀਂ ਉਂਗਲੀ ਰੱਖੀ ਆ ਤੇ ਆ ਮੈਂ ਕਲੈਪ। ਆ ਜਾ ਤੂੰ ਬਾਹਰ, ਤੇਰੇ ਤਾਂ ਲਾਸ਼ਾਂ ਮੈਂ ਪਾਉਣਾ ਅੱਜ। ਇਹਨੂੰ ਇਗਨੋਰ ਕਰਨਾ ਜਦੋਂ ਵੀ ਆਵੇ ਭਾਅ ਜੀ, ਬਿਲਕੁਲ ਕਰਨਾ ਹੈ। ਕਿਹੜਾ ਡਾਇਰੈਕਟਰ ਜਿਹੜੇ ਪਹਿਲੇ ਸੀਨ ਦੇ ਵਿੱਚ ਹੀ ਐਕਟਰ ਨੂੰ ਦਬਾ ਗਿਆ। ਫਿਲਮਾਂ ਦੀ ਗੱਲ ਕਰ ਰਹੇ ਸੀ ਜੀ ਭਾਜੀ, ਕਵੀ ਹੁਣੇ ਤੁਹਾਨੂੰ ਫਿਲਮ ਆਫਰ ਕਰ ਗਏ, ਕਿੰਨੀਆਂ ਫਿਲਮਾਂ ਤੁਹਾਨੂੰ ਆਫਰ ਹੋ ਜਾਂਦੀਆਂ? ਭਾਜੀ ਉਹ ਤਾਂ ਬਹੁਤ ਜਾਂਦੀਆਂ, ਲੇਕਿਨ ਇੱਕ ਇੱਕ ਡੋਜ਼ ਹੈ ਜਿਹੜੀ, ਜਦੋਂ ਤੱਕ ਸਾਨੂੰ ਉਹ ਨਾ ਮਿਲੇ ਨਾ ਐਕਟਰ ਕੋਈ ਨਹੀਂ ਹੁੰਦਾ। ਮਤਲਬ ਕਰੈਕਟਰ ਆਰਟਿਸਟ ਹੁੰਦਾ। ਯੈਸ, ਉਹ ਡੋਜ਼ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਬਹੁਤ ਮਿਲੀ ਹੈ। ਉਹਦਾ ਨਾਮ ਹੈ ਬੇਇੱਜ਼ਤੀ। ਬੇਇੱਜ਼ਤੀ ਵਾਲੀ ਗੱਲ ਤੁਸੀਂ ਵਧੀਆ ਕੀਤੀ ਹੈ, ਬਿਲਕੁਲ। ਫਿਰ ਮੇਰੀ ਵੈਰੀ ਧੋਤੀ, ਮੈਂ ਧੋਤੀ ਪਾਈ ਮੇਲੇ ਦੇ ਵਿੱਚ ਗਿਆ, ਉੱਥੇ ਆ ਗਈ ਨੇਰੀ। ਬਸ ਭਾਅ ਜੀ ਫਿਰ ਮੈਂ ਤਾਂ ਵੀ ਨਹੀਂ ਮੇਲਾ ਵੇਖਿਆ, ਲੋਕਾਂ ਨੇ ਜ਼ਰੂਰ ਵੇਖਿਆ ਮੇਲਾ। ਭਾਅ ਜੀ ਫਿਰ ਵੀ ਇਸ ਦੇ ਬਾਵਜੂਦ ਵੀ ਫਿਰ ਮੈਂ ਹਿੰਮਤ ਨਹੀਂ ਛੱਡੀ, ਮੈਂ ਕਿਹਾ ਨਹੀਂ ਰੁਬੀ ਲੱਗਿਆ ਰਹਿ, ਕਦੇ ਤਾਂ ਕਿਸਮਤ ਤੇਰਾ ਸਾਥ ਦੇਗੀ। ਇੱਕ ਵਾਰ ਕਿਸਮਤ ਮੇਰਾ ਪੂਰਾ ਸਾਥ ਦਿੱਤਾ, ਮੈਨੂੰ ਇੱਕ ਫਿਲਮ ਦੇ ਵਿੱਚ ਮੇਨ ਰੋਲ ਮਿਲਿਆ। ਮੇਨ ਰੋਲ? ਯੈਸ ਭਾਅ ਜੀ, ਮੇਨ ਰੋਲ, ਸਾਰੀ ਫਿਲਮ ਮੇਰੇ ਦੇ ਉੱਤੇ। ਮੈਂ ਫਿਲਮ ਦੇ ਵਿੱਚ ਲੇਟਿਆ ਹੁੰਦਾ, ਹੀਰੋਇਨ ਆਉਂਦੀ ਹੈ ਮੇਰੇ ਅੱਗੇ ਬਹਿ ਕੇ ਰੋ ਕੇ ਚਲੀ ਜਾਂਦੀ ਹੈ, ਮਾਂ ਆਉਂਦੀ ਹੈ ਮੇਰੇ ਅੱਗੇ ਬਹਿ ਕੇ ਰੋ ਕੇ ਚਲੀ ਜਾਂਦੀ ਹੈ, ਪਿਓ ਆਉਂਦਾ ਹੈ ਉਹ ਵੀ ਮੇਰੇ ਅੱਗੇ ਰੋ ਕੇ ਚਲਾ ਜਾਂਦਾ ਹੈ। ਫਿਲਮ ਦਾ ਨਾਮ ਸੀ ਲਾਸ਼। ਬੇਸੀ ਦਾ ਲੈਵਲ ਦੇਖੋ, ਫਸਟ ਗ੍ਰੇਡ, ਸੈਕਿੰਡ ਗ੍ਰੇਡ, ਐਂਡ ਆਓ ਐਂਡ ਆਓ। ਸੋ ਇਹ ਚੀਜ਼ਾਂ ਗੋਡ ਗਿਫਟ ਤੇ ਸਾਨੂੰ ਮਿਲਦੀਆਂ ਰਹਿੰਦੀਆਂ। ਤੇ ਫੈਮਿਲੀ ਚ ਵੀ ਹੁੰਦੀਆਂ ਹੋਣੀਆਂ? ਬਿਲਕੁਲ ਭਾਜੀ, ਮੇਰੇ ਡੈਡੀ ਅਕਸਰ ਕਹਿੰਦੇ ਆ ਕਿ ਇਹ ਮੇਰਾ ਜਿਹੜਾ ਵੱਡਾ ਬੇਟਾ, ਮੇਰੀ ਇਹ ਬੇਟੀ ਹੈ, ਤੇ ਆਹ ਮੇਰਾ ਸਭ ਤੋਂ ਫੇਮਸ ਕਜ਼ਨ। ਆਖਰੀ ਗਲਤੀ ਹੈ? ਯੈਸ ਬਿਲਕੁਲ ਭਾਜੀ। ਨਹੀਂ ਬੇਇੱਜ਼ਤੀ ਤੋਂ ਤੇ ਮੈਨੂੰ ਲੱਗਦਾ ਤੁਸੀਂ ਕਾਫੀ ਬੇਇੱਜ਼ਤੀਆਂ ਬੇਇੱਜ਼ਤੀਆਂ ਕਰਾਈਆਂ ਲਾਈਫ 'ਚ। ਯੈਸ, ਤੇ ਤਾਂ ਹੀ ਬੰਦਾ ਮੈਚਿਓਰਿਟੀ ਵੀ ਤਾਂ ਹੀ ਆਉਂਦੀ ਹੈ ਨਾ। ਜਿਵੇਂ ਆਪ ਉਹ ਨਹੀਂ ਗਲਦੇ ਵੀ ਇਹਨੂੰ ਗੁੜਤੀ ਚਾਹ ਚੀਜ਼ ਮਿਲੀ ਹੈ, ਸਾਨੂੰ ਬੇਇੱਜ਼ਤੀ ਗੁੜਤੀ 'ਚ ਮਿਲਦੀ ਹੈ। ਵੈਸੇ ਮੌਕੇ 'ਤੇ ਵੀ ਤੁਸੀਂ ਕਾਫੀ ਫਨੀ ਹੋ ਹੈ ਨਾ, ਹਾਜ਼ਰ ਜਵਾਬੀ ਦੇ ਅਸੀਂ ਪਿਛਲੇ ਰਾਊਂਡ 'ਚ ਵੀ ਆਪਾਂ ਦੇਖਿਆ ਬਹੁਤ ਹਾਜ਼ਰ ਜਵਾਬੀ ਤੁਹਾਡੀ, ਤੇ ਆਪਣੇ ਅਗਲੇ ਰਾਊਂਡ 'ਚ ਵੀ ਨਾ ਆਪਾਂ ਇਹੀ ਚੀਜ਼ ਚੈੱਕ ਕਰਨੀ ਹੈ। ਧੰਨਵਾਦ। ਤੁਸੀਂ ਮੌਕੇ 'ਤੇ ਕਿੰਨੇ ਫਨੀ ਹੋ, ਔਨ ਦਾ ਸਪੋਟ ਕਿੰਨੇ ਫਨੀ ਹੋ, ਕਿਉਂਕਿ ਸਾਡੇ ਅਗਲੇ ਰਾਊਂਡ ਦਾ ਨਾਮ ਵੀ ਹੈ ਔਨ ਦਾ ਸਪੋਟ। ਰਾਊਂਡ ਦੇ ਬਾਰੇ ਮੈਂ ਤੁਹਾਨੂੰ ਦੱਸਦਾ, ਤੁਹਾਨੂੰ ਮੈਂ ਕੁਛ ਵਰਡਸ ਦਾਂਗਾ, ਤੁਸੀਂ ਉਹਨਾਂ ਵਰਡਸ ਦੇ ਉੱਤੇ ਐਕਸਟੈਂਪੋਰ ਕਰਨਾ, ਮੌਕੇ 'ਤੇ ਦੱਸਣਾ, ਉਸ ਟੌਪਿਕ ਦੇ ਉੱਤੇ ਬੋਲਣਾ। ਸੋ ਤੁਹਾਡਾ ਪਹਿਲਾ ਵਰਡ ਹੈ ਜੀ ਜੁਗਾੜ। ਹਰੇਕ ਪੰਜਾਬੀ ਕੋਲ ਹੈਗਾ ਵਾਲੀ ਗੱਲ ਭਾਜੀ, ਆਹ ਦੇਖੋ ਸੈੱਟ ਜੁਗਾੜ, ਕੱਪੜੇ ਜੁਗਾੜ, ਮੇਕਅਪ ਨਹੀਂ, ਬਹੁਤ ਵਧੀਆ। ਨਹੀਂ ਨਹੀਂ ਮੈਂ ਅਗਲੇ ਤਾਂ ਕਹਿਣ ਲੱਗਾ ਸੀ ਕੈਂਕਰ ਜੁਗਾੜ। ਆਈ ਲਵ ਯੂ। ਠੀਕ, ਸੈਕਿੰਡ ਵਰਡ? ਯੈਸ। ਅੰਮ੍ਰਿਤਸਰ 'ਚ ਇਹ ਚੀਜ਼ ਤਾਂ ਹੁੰਦੀ ਹੁੰਦੀ ਹੈ, ਆਈਲੈਟਸ? ਓਹੋ ਭਾਜੀ, ਜਿਵੇਂ ਮੈਂ ਕਿਹਾ ਸੀ ਬੇਸਤੀ ਗੋਡ ਗਿਫਟਡ ਹੈ ਨਾ, ਆਈਲੈਟਸ ਵੀ ਹੁੰਦਾ ਹੈ। ਪੰਜਾਬੀ ਜੰਮਦੇ ਸਿਰਫ ਇੱਕ ਕੰਮ ਵਾਸਤੇ, ਯਾਦ ਬੇਇੱਜ਼ਤੀ ਆ ਸੀ ਆਈਲੈਟਸ ਵਾਸਤੇ, ਬਸ ਹੋਰ ਕੋਈ ਲੈਣਾ ਤਾਂ ਨਹੀਂ। ਅੰਮ੍ਰਿਤਸਰ ਇੱਕ ਚੀਜ਼ ਹੋਰ ਬੜੀ ਫੇਮਸ ਹੈ, ਕੀ? ਨਾਨ। ਮੈਨੂੰ ਅੱਜ ਵੀ ਯਾਦ, ਨਾਨ ਨਹੀਂ ਕਹਿੰਦੇ ਉਹਨੂੰ, ਕੁਲਚਾ ਕਹਿੰਦੇ। ਮੈਂ ਅੰਮ੍ਰਿਤਸਰ ਤੋਂ ਹਾਂ, ਮੈਂ ਅਫੈਂਡ ਹੋ ਜਾਣਾ। ਨਾ ਭਾਜੀ, ਮੈਂ ਨਾਨ ਇਸ ਦਿੱਲੀ ਨੋ, ਮੈਂ ਕਰੀ ਰੱਜ ਕੇ ਖਾਦੇ ਸੀ ਸਵੇਰੇ, ਮੈਂ ਟਾਇਲਟ 'ਚ ਕੋ ਗਲ ਗਏ ਸੀ, ਰੱਬਾ ਯਾ ਤਾਂ ਜਾਨ ਕੱਢ ਲੈ ਜਾਂ ਨਾਨ ਕੱਢ ਲੈ।
ਤਾਂ ਮੱਖਣ ਜ਼ਿਆਦਾ ਲਾ ਕੇ ਦਿੰਦੇ ਭਾਜੀ ਨਾਨ ਤਾਂ ਨਹੀਂ ਜਾਨ ਹੀ ਨਿਕਲੀ ਸੀ। ਹਾਂ ਤੇ ਤੁਹਾਡਾ ਅਗਲਾ ਵਰਡ ਹੈ ਜੀ ਪੀਪਣੀ। ਕਿਹੜੀ ਵਾਲੀ? ਆਹੀ 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 ਹਰ ਵਾਰੀ ਵੱਜਦੀ ਭਾਜੀ, ਹਰ ਫਿਲਮ 'ਚ ਸਾਡੀ ਇੱਕੋ ਚੀਜ਼ ਤਾਂ ਵੱਜਦੀ ਹੈ, ਐਕਟਰ ਦੀ ਕੀ ਨਾਲ ਕੀ ਹੁੰਦਾ, ਵੱਜ ਗਈ ਫਿਰ ਤੇਰੀ ਪੀਪਣੀ, ਕਿਵੇਂ ਕਿਵੇਂ ਗਈ ਤੇਰੀ ਫਿਲਮ, ਬਸ ਫਿਰ ਪੀਪਣੀ। ਰੋਲਾ ਆਇਆ ਸੀ ਨਾ ਅੱਗੋਂ, ਹੀਰੋਇਨ ਵੀ ਸੀ ਜਿਹਦਾ ਮੂੰਹ ਐਵੇਂ ਸੀ ਪੀਪਣੀ, ਬਸ ਫਿਰ। ਤੁਹਾਡਾ ਅਗਲਾ ਵਰਡ ਹੈ ਪੌੜੀ। ਲਓ ਭਾਜੀ, ਕਹਿੰਦਾ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਪੌੜੀ ਸੇ ਪਹਿਲੇ ਬੰਦਾ ਪੁੱਛੋ ਤੁਹਾਡੀ ਮਾਂ ਮੈਂ ਕਿੱਥੇ ਆ ਗਿਆ। ਹਾਂ ਨਹੀਂ ਐਵੇਂ ਠੀਕ ਹੈ, ਪੌੜੀਆਂ ਚੜ੍ਹ ਕੇ ਕਹਿੰਦਾ ਉੱਤੇ ਅਸਮਾਨਾਂ ਤੱਕ ਪਹੁੰਚ ਜਾ, ਕਹਿੰਦਾ ਉੱਥੇ ਕੀ ਹੋਏਗਾ, ਕਹਿੰਦਾ ਉੱਥੇ ਤੈਨੂੰ ਇੱਕ ਬੰਦਾ ਮਿਲੇਗਾ, ਦੱਸੋ ਕੀ ਕਹੇਗਾ, ਕਹਿੰਦਾ ਉਹ ਕਹੇਗਾ ਚੱਲ ਥੱਲੇ ਚੱਲ ਛੰਡ ਮਾਰਾ ਤੇ। ਸਹੀ ਆ ਭਾਜੀ, ਮੈਂ ਕਰੀ ਇੰਨੀਆਂ ਪੌੜੀਆਂ ਚੜ੍ਹ ਕੇ, ਰੱਬ ਕਹਿੰਦਾ ਇੱਥੇ ਛਤਰਖਾਨ ਹੈ ਚੱਲ ਥੱਲੇ। ਤੁਹਾਡਾ ਅਗਲਾ ਵਰਡ ਸੱਪ। ਆਹੋ ਨਹੀਂ ਭਾਜੀ, ਇੱਕ ਮੇਰੇ ਘਰੋਂ ਮੈਂ ਨਿਕਲਿਆ ਕਿ ਸੱਪ ਖੜਾ ਸੀ, ਮੈਂ ਡਰ ਗਿਆ, ਮੈਂ ਕਿਹਾ ਸੱਪ ਸੱਪ ਮੈਨੂੰ ਵੇਖ ਕੇ ਕਹਿੰਦਾ ਓਏ ਵੱਡਾ ਸੱਪ। ਸੇਮ ਟੂ ਯੂ ਗਾਇਸ, ਫਰੈਂਡ ਵੀ ਠੀਕ ਹੈ, ਫਰੈਂਡਸ ਹੈ ਸੱਪਾਂ ਨਾਲ ਤੁਹਾਡੀ ਦੋਸਤੀ? ਬਿਲਕੁਲ, ਸੱਪਾਂ ਦੇ ਪੁੱਤ ਕਦੇ ਮਿੱਤ ਨਹੀਂ ਬੰਦੇ, ਚਾਹੇ ਚੁੱਲੀਆਂ ਦੁੱਧ ਪਿਆਈਏ। ਮੈਨੂੰ ਮੈਂ ਉਹਨਾਂ ਦੀ ਬੈਕਸਟੇਜ ਕਹਿ ਰਿਹਾ, ਸੱਪਾਂ ਨਾਲ ਬੜੀ ਦੋਸਤੀ ਹੈ ਮੇਰੀ। ਫਿਲਮਾਂ 'ਚ ਤੁਸੀਂ ਡਬਿੰਗ ਵੀ ਕਰਦੇ ਹੋ ਨਾ ਜੀ ਭਾਜੀ? ਇੱਕ ਸੀਨ ਸ਼ੂਟ ਹੋ ਗਿਆ, ਫਿਰ ਉਹਦੀ 6 ਮਹੀਨੇ ਬਾਅਦ ਤੁਹਾਨੂੰ ਬੁਲਾਉਂਦੇ ਇੱਕ ਸਟੂਡੀਓ 'ਚ ਕੇ ਹੁਣ ਆਪਣੀ ਆਵਾਜ਼ ਦਿਓ ਇੱਥੇ ਜੀ, ਹੈ ਨਾ? ਅੱਜ ਵੀ ਕੁਛ ਇੱਦਾਂ ਦਾ ਹੀ ਕਰਨਾ ਆਪਾਂ, ਕਿਉਂਕਿ ਸਾਡੇ ਅਗਲੇ ਰਾਊਂਡ ਦਾ ਨਾਮ ਹੈ ਡੱਬ ਦ ਸੀਨ। ਤੁਹਾਨੂੰ ਇੱਥੇ ਆਪਾਂ ਇੱਕ ਵੀਡੀਓ ਦਿਖਾਵਾਂਗੇ, ਉਹਦੇ 'ਚ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਕਰਨਾ ਕੀ ਹੈ ਜੀ। ਤੁਸੀਂ ਉਹਦੀ ਕਮੈਂਟਰੀ ਕਰ ਸਕਦੇ ਹੋ, ਉਹਦੀ ਡਬਿੰਗ ਕਰ ਸਕਦੇ ਹੋ, ਉਹ 'ਚ ਜਿਹੜਾ ਬੰਦਾ ਕੁੜੀ ਜੋ ਵੀ ਹੈ ਉਹਨਾਂ ਦੇ ਪੁਆਇੰਟ ਆਫ ਵਿਊ ਨਾਲ ਬੋਲ ਸਕਦੇ ਹੋ, ਜਾਂ ਜੋ ਰੱਬ ਦੇ ਪੁਆਇੰਟ ਆਫ ਵਿਊ ਨਾਲ ਵੀ ਬੋਲ ਸਕਦੇ, ਕਿਸੇ ਕੁਝ ਤੁਹਾਡੀ ਮਰਜ਼ੀ ਹੈ, ਆਬਜੈਕਟ ਦੇ ਪੁਆਇੰਟ ਆਫ ਵਿਊ ਨਾਲ ਵੀ ਬੋਲ ਸਕਦੇ ਹੋ। ਠੀਕ ਹੈ, ਆਪਾਂ ਪਹਿਲਾਂ ਵੀਡੀਓ ਦੇਖਦੇ ਹਾਂ। ਓ ਬਾਰੀ ਬਰਸੀ ਘਟ ਗਿਆ ਸੀ, ਘਟ ਕੇ ਲਿਆਂਦਾ ਟੋਲ, ਅੱਜ ਕਜਰਾ ਨੇ ਫਿਰ ਨਹੀਂ ਪਵਾਇਆ ਪੈਟਰੋਲ, ਅੱਜ ਮੇਰੇ ਕਜਰਾ ਵੇਲੀਆਂ ਨੇ ਫਿਰ ਨਹੀਂ ਪੁਟਾ, ਓ ਪੈਟਰੋਲ ਖਾਲੀ ਹੈ, ਓਹੋ ਓ ਬਹਿ ਜਾ ਮੇਰੇ ਸਕੂਟਰ ਤੇ ਮੈਂ ਟੱਲੀਆਂ ਵਜਾਵਾਂ, ਜਾਵਾਂ ਬਹਿ ਜਾ ਮੇਰੇ ਸਕੂਟਰ ਤੇ, ਮੈਂ ਲੱਖ ਦੀ ਲਾਣਤ ਓਏ। ਅੱਛਾ ਰੂਪੀ, ਇੱਕ ਕਲਿੱਪ ਹੋਰ ਕਰਾਂਗੇ ਆਪਾਂ ਤੁਹਾਡੇ ਨਾਲ, ਉਹਦੀ ਵੀ ਡੱਬਿੰਗ ਆਪਾਂ ਚਾਹੁੰਦੇ ਹਾਂ ਕਿ ਤੁਸੀਂ ਕਰੋ ਜੀ। ਠੀਕ ਹੈ, ਕਰੀਏ ਜੀ, ਰੈਡੀ ਡਨ। ਮੂੰਹ ਖੋਲ ਵੇ, ਵੇਖੀ ਬਾਂਦਰ ਜੀ ਨੇ ਕਿੱਡਾ ਵੱਡਾ ਮੂੰਹ ਖੋਲਿਆ, ਹਾਏ ਹਾਏ ਮਾਰ ਕੇ ਮੁਸ਼ਕ ਕਿੰਨੀ ਮਰੀਏ, ਮਰਾ ਤੇਰੇ ਬੁੱਥਿਆ ਤੇ ਚਪੇੜ, ਆ ਵੇਖ ਆ ਪਿਆ ਤੇਰੇ ਬੁੱਧ ਵਿੱਚ ਕਰੋਨਾ, ਇਹ ਆ ਲਾਵੀ ਖਵਾ ਦੇ, ਚੱਕਰ ਲਾਵੀ ਖਵਾ ਦੇ, ਆ ਪਿਆ ਤੇਰੇ ਮੂੰਹ ਦੇ ਵਿੱਚ ਕਰੋਨਾ। ਰੂਬੀ, ਅੱਛਾ ਗੱਲਾਂ ਨੂੰ ਅੱਗੇ ਵਧਾਉਂਦੇ ਆ, ਉਹਨਾਂ ਤੋਂ ਪਹਿਲਾਂ ਨਾ ਮੈਂ ਇੱਕ ਦੋ ਚੀਜ਼ਾਂ ਤੇ ਤੁਹਾਡਾ ਪੁਆਇੰਟ ਆਫ ਵਿਊ, ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕੀ ਸੋਚਦੇ ਹੋ, ਇਹ ਜ਼ਰੂਰ ਜਾਣਨਾ ਚਾਹਾਂਗਾ। ਮੰਨ ਲਓ ਤੁਸੀਂ ਏਟੀਐਮ 'ਚੋਂ ਪੈਸੇ ਕਢਾਏ, ਪੈਸੇ ਨਿਕਲਾ ਘੱਟ, ਹੁਣ ਕਿਹਨੂੰ ਫੜੋਗੇ? ਨਾਲ ਦੇ ਵੈਰੀ ਸਿੰਪਲ ਭਾਜੀ, ਮਸ਼ੀਨ ਨੇ ਤਾਂ ਮੈਨੂੰ ਵਾਪਸ ਨਹੀਂ ਦੇਣੇ, ਜਿਹੜਾ ਉਹਨੂੰ ਕਹਾਂਗਾ ਤੂੰ ਟਰਾਈ ਕਰ, ਜੇ ਉਹਦੇ ਘੱਟ ਨਿਕਲੇ ਤਾਂ ਫਿਰ ਧੋਣ ਤਾਂ ਆਉਂਦੀ ਪਈ ਹੈ, ਜਾਂ ਧੋਣ ਮਰੋੜਾਂਗੇ ਉਹਦਾ ਪਰਸ ਮਰੋੜਾਂਗਾ, ਇੱਕ ਚੀਜ਼ ਤਾਂ ਮੈਂ ਛੱਡਾਂਗਾ ਨਹੀਂ। ਤੇ ਜੇ ਉਹ ਪੁਲਿਸ ਵਾਲਾ ਹੋਇਆ ਫਿਰ? ਫਿਰ ਪੈਰ ਤਾਂ ਕਿਤੇ ਨਹੀਂ ਗਏ, ਸਿੰਪਲ। ਅੱਛਾ ਜੇ ਕਦੀ ਮੰਨ ਲਓ ਤੁਸੀਂ ਜਾ ਰਹੇ ਹੋ ਬਿਨਾਂ ਹੈਲਮਟ, ਤਿੰਨ ਜਾਣੇ ਟ੍ਰਿਪਲੀ ਮਾਰ ਰਹੇ ਹੋ ਬਾਈਕ ਤੇ, ਠੀਕ ਹੈ, ਅੱਗੇ ਪੁਲਿਸ ਵਾਲਾ ਆ ਗਿਆ, ਉਹਨੇ ਤੁਹਾਨੂੰ ਹੱਥ ਦਿੱਤਾ, ਕਦੀ ਇੱਦਾਂ ਕਰਕੇ ਮੋਟਰਸਾਈਕਲ ਮੋੜ ਕੇ ਭੱਜੇ? ਨਾ ਭਾਜੀ, ਹੋਇਆ ਨਹੀਂ, ਮੈਨੂੰ ਇੱਕ ਵਾਰੀ ਰੋਕਿਆ ਸੀ ਪੁਲਿਸ ਵਾਲੇ ਨੇ, ਤਿੰਨ ਜਣੇ ਬੈਠੇ ਸੀ, ਉਹ ਕਹਿੰਦਾ ਰੋਕ ਕੇ ਰੋਕ, ਮੈਂ ਰੁਕ ਗਿਆ, ਉਹਨੇ ਮੈਨੂੰ ਕੁਛ ਨਹੀਂ ਕਿਹਾ,
ਮੈਨੂੰ ਸਿਰਫ ਇੱਕੋ ਗੱਲ ਕਹੀ, ਉਹ ਇੱਧਰ ਆਏ, ਤੂੰ ਕੰਜਰ ਦਾ ਸਹੀ ਦੱਸ, ਇਹ ਆਪਦਾ ਹੈ ਕਿ ਕਿਸੇ ਦਾ ਚੱਕਿਆ? ਮੇਰਾ ਆਪਦਾ, ਕਹਿੰਦੇ ਕਾਗਜ਼ ਵਾ, ਮੈਂ ਕਹਿੰਦਾ ਸਵੇਰੇ ਚੁੱਗ ਲਏ ਸੀ। ਅੱਛਾ ਰੂਪੀ, ਕਮੈਂਟ ਬਾਜੀ ਤਾਂ ਵਧੀਆ ਕਰਦੇ ਜੀ, ਠੀਕ ਹੈ। ਮੈਂ ਤੁਹਾਡੇ ਤੋਂ ਕਮੈਂਟ ਇਸ ਕਰਕੇ ਲੈ ਰਿਹਾ ਸੀ ਕਿਉਂਕਿ ਸਾਡੇ ਅਗਲੇ ਰਾਊਂਡ ਦਾ ਨਾਮ ਹੈ ਕਮੈਂਟ ਤੇ ਕਮੈਂਟ। ਇਹਦੇ 'ਚ ਕਰਨਾ ਕੀ ਹੈ ਮੈਂ ਤੁਹਾਨੂੰ ਦੱਸਦਾ, ਤੁਹਾਡੇ ਅੱਗੇ ਕੁਛ ਉੱਠੇ ਹੋਏ ਹੋਏ ਫੋਰਡ ਜਿਹਾ ਪਏ ਨੇ ਜਾਂ ਬੋਰਡ ਜੇ, ਇਹਨਾਂ ਦੇ ਵਿੱਚ ਕੁਛ ਕਮੈਂਟਸ ਲਿਖੇ ਹੋਏ ਨੇ ਜੀ। ਇਹ ਕਮੈਂਟ ਤੁਸੀਂ ਕਿੱਥੇ ਯੂਜ਼ ਕਰਨੇ ਹੋ ਮੈਂ ਤੁਹਾਨੂੰ ਦੱਸਦਾ। ਮੇਰੇ ਕੋਲ ਪੰਜਾਬੀ ਇੰਡਸਟਰੀ ਦੇ ਕੁਛ ਸੈਲੀਬ੍ਰਿਟੀਜ਼ ਦੀਆਂ ਫੋਟੋਆਂ ਨੇ, ਸਿੰਗਰ ਐਕਟਰਸ। ਮੈਂ ਇੱਥੋਂ ਇੱਕ ਫੋਟੋ ਚੱਕਾਂਗਾ, ਤੁਸੀਂ ਉੱਥੋਂ ਇੱਕ ਕਮੈਂਟ ਚੱਕੋਗੇ ਜੀ, ਉਹ ਤੁਸੀਂ ਬਿਨਾਂ ਦੇਖੇ ਚੱਕੋਗੇ, ਫਿਰ ਇਹਨਾਂ ਦੋਨਾਂ ਨੂੰ ਆਪਾਂ ਮਿਲਾਵਾਂਗੇ। ਓਕੇ, ਵੀ ਉਹਦਾ ਮਤਲਬ ਬਣੇਗਾ, ਉਹ ਤੁਸੀਂ ਦਰਸ਼ਕਾਂ ਨੂੰ ਦੱਸੋਗੇ ਕਿ ਇਹਦਾ ਕੀ ਮਤਲਬ ਹੈ। ਰੈਡੀ? ਠੀਕ ਹੈ ਜੀ, ਕਰੀਏ। ਬਿਲਕੁਲ, ਸਾਡੇ ਪਹਿਲੇ ਆਰਟਿਸਟ ਨੇ ਹਰੀਸ਼ ਵਰਮਾ। ਭਾਜੀ ਦੇਖੋ, ਐਜ਼ ਏ ਆਰਟਿਸਟ ਇਹ ਮੈਨੂੰ ਨਿਰਾ ਜ਼ਹਿਰ ਲੱਗਦਾ। ਉਹ ਕਿਉਂ? ਤੁਸੀਂ ਆਪ ਦੇਖੋ ਭਾਜੀ, ਇਹਨੇ ਫਿਲਮ ਕੀਤੀ ਯਾਰ ਅਨਮੁੱਲੇ। ਯਾਰ ਅਨਮੁੱਲੇ ਦੇ ਵਿੱਚ ਰੋਲਾ ਪਾ ਪਾ ਕੇ ਕਿੱਡੀ ਸੋਹਣੀ ਕੁੜੀ ਲੈ ਗਿਆ, ਸਾਰੀ ਫਿਲਮ ਲੈ ਗਿਆ, ਸਾਰਾ ਕ੍ਰੈਡਿਟ ਲੈ ਗਿਆ। ਸਾਡੀ ਵਰਗੀ ਜਦੋਂ ਹੀਰੋਇਨ ਆਉਂਦੀ ਨਾ, ਸਾਨੂੰ ਕਿਸੇ ਫਿਲਮ 'ਚ ਮੌਕਾ ਮਿਲ ਵੀ ਜਾਏ ਤਾਂ ਹੀਰੋਇਨ ਪਤਾ ਕੀ ਆਉਂਦੀ ਹੈ, ਬੋਲ ਫਿਰ ਆਈ ਲਵ ਯੂ। ਦੱਸੋ ਭਾਜੀ ਯਾਰ, ਵਿੰਗੀਆਂ ਤੜਿੰਗੀਆਂ ਸਾਡੇ ਵਾਸਤੇ ਬੱਚੀਆਂ, ਮੇਰਾ ਜ਼ਹਿਰ। ਵਾਮਿਕਾ, ਵਾਮਿਕਾ ਗਾਬੀ। ਬਸ ਕਰ, ਬਸ ਕਰ, ਕਿੰਨਾ ਸਾੜੇਂਗੀ, ਕਦੋਂ ਮੇਰੀ ਹੀਰੋਇਨ ਬਣੇਗੀ, ਬਸ ਕਰ, ਬਸ ਕਰ, ਕਦੋਂ ਮੇਰੀ ਹੀਰੋਇਨ ਬਣੇਗੀ, ਨਹੀਂ ਬਸ ਕਰ। ਮੈਂ ਤੁਹਾਨੂੰ ਕਹਿ ਰਿਹਾ ਬਸ, ਦੂਜੇ ਮੈਂ ਤੁਹਾਨੂੰ ਕਹਿ ਰਿਹਾ ਮੈਂ, ਨਹੀਂ ਭਾਜੀ, ਆ ਦੂਜੇ ਹੀਰੋਆਂ ਦੇ ਨਾਲ ਨਾ ਕਦੋਂ ਤੱਕ ਫਿਲਮਾਂ ਕਰੇਂਗੀ, ਬਸ ਕਰ। ਐ ਵੀ ਠੀਕ ਹੈ, ਮਨਕੀਰਤ ਔਲਖ। ਟੈਨ ਅੜ ਮੁੱਟੇ। ਵੈਸੇ ਭਾਜੀ ਗੌਰ ਨਾਲ ਵੇਖੋ, ਇਹਨੂੰ ਨਾ ਚੰਗਾ ਮੇਕਅਪ ਪਤਾ ਕੀਤਾ ਵੇ, ਬਿੰਦੀ ਸੁਰਖੀ ਲਾਈ ਹੋਈ, 250 ਰੁਪਏ ਵਾਲੀ ਐਕਟਰੈਸ ਨਿਕਲੀ ਹੈ ਬਿਲਕੁਲ। ਇਹ ਤੁਸੀਂ ਇਹਨਾਂ ਦੇ ਕਵਰ ਅਪ ਵੀ ਕਰ ਸਕਦੇ ਹੋ, ਪੋਚਾ ਵੀ ਪਾ ਸਕਦੇ ਹੋ, ਮੈਂ ਤੁਹਾਨੂੰ ਕਰਕੇ ਦਿਖਾ ਦਿੰਦਾ ਕਿ ਅੜਬ ਮੁਟਿਆਰ, ਹਰ ਮਨਕੀਰਤ ਔਲਖ ਦੇ ਗਾਣੇ 'ਚ ਇੱਕ ਅੜਬ ਜੀ ਮੁਟਿਆਰ ਇਹਨੇ ਲਈ ਹੁੰਦੀ ਹੈ। ਕਿਆ ਸੋਹਣਾ ਸੈਟਅਪ ਬਣਾਇਆ ਹੁੰਦਾ ਹੈ, ਕਿਆ ਵਧੀਆ ਗਾਣਾ ਬਣਾਉਂਦੇ ਆ, ਕਿਆ ਮਜ਼ੇਦਾਰ, ਵੇਖ ਕੇ ਮਜ਼ਾ ਆ ਜਾਂਦਾ, ਫੀਲ ਆ ਜਾਂਦੀ ਹੈ। ਇੱਦਾਂ ਤੁਸੀਂ ਪੋਚਾ ਵੀ ਪਾ ਸਕਦੇ ਹੋ, ਪੋਚਾ ਕਿਸੇ ਹੋਰ, ਠੀਕ ਹੈ, ਪੋਚਾ ਕਿਸੇ ਹੋਰ ਨੂੰ ਪਾ, ਇਹਦੀ ਪੋਚੇ ਦੀ ਲੋੜ ਨਹੀਂ। ਕਲੇਅਰ ਕੰਠ, ਦੇਖਾਂ ਤੇਰੀ ਫੋਟੋ, ਜੀ ਤਾਂ ਨਹੀਂ ਕਰਦਾ, ਦੇਖ ਨਹੀਂ ਪੈਣੀ ਕਿਉਂਕਿ ਮੈਂ ਦਿਖਾਈ। ਸਹੀ ਹੈ ਭਾਜੀ, ਰੱਖ ਦੋ। ਸੋ ਸਾਡੇ ਲਾਸਟ ਸੈਲੀਬ੍ਰਿਟੀ ਆਫ ਦਿਸ ਰਾਊਂਡ, ਜੈਸਮਿਨ ਸੈਂਡਲਸ। ਗੱਲ ਕੀ ਹੈ, ਗੱਲ ਕੀ ਹੈ, ਸਹੀ ਹੈ ਭਾਜੀ, ਗੱਲ ਕੀ ਹੈ, ਜਿੱਥੇ ਜਾਂਦੇ ਜਿੱਥੇ ਕਹਿੰਦੇ ਬੰਬ ਆ ਗਿਆ, ਬੰਬ ਆ ਗਿਆ, ਕਦੋਂ ਫਟੇਗੀ? ਅਗਰ ਅੱਧੇ ਕਿਤੇ ਸੈਲੀਬ੍ਰਿਟੀਆਂ ਨੇ ਤੁਹਾਨੂੰ ਇਹ ਗੱਲਾਂ ਸੁਣ ਕੇ ਕਰ ਦੇਣਾ ਪੈਣ, ਆਪਾਂ ਅੱਗੇ ਵੱਧਦੇ ਹਾਂ ਜੀ, ਠੀਕ ਹੈ। ਵਨ ਵਰਡ ਜਿਹੜੇ ਆਨਸਰਸ ਹੁੰਦੇ ਆ ਉਹ ਤੁਹਾਨੂੰ ਕਿੰਨੇ ਪਸੰਦ ਆ? ਬਿਲਕੁਲ ਨਹੀਂ, ਬਿਲਕੁਲ ਨਹੀਂ, ਲੰਬੇ ਲੰਬੇ ਆਨਸਰ ਪਸੰਦ ਆ, ਬਹੁਤ ਚਪੇੜਾਂ ਵਾਲਾ ਕੰਮ ਹੈ ਭਾਜੀ ਸਾਡਾ। ਐਕਚੁਅਲੀ ਜਿਹੜਾ ਅਗਲਾ ਰਾਊਂਡ ਹੈ ਨਾ ਉਹਦੇ 'ਚ ਕੀ ਹੋਣਾ, ਮੈਂ ਤੁਹਾਨੂੰ ਥੋੜ੍ਹਾ ਜਿਹਾ ਉਹ ਦਿੰਦਾ ਜੀ। ਹੁਣ ਜਿੱਦਾਂ ਸਿੱਧਾ ਸਵਾਲ ਪੁੱਛਿਆ ਭਾਈ, ਚਾਹ ਪੀਣੀ ਹੈ ਜਾਂ ਹਾਂ ਕਹੋਗੇ ਜਾਂ ਨਾ ਕਹੋਗੇ, ਹਾਂ ਮਤਲਬ ਤੁਸੀਂ ਸਿੱਧਾ ਹਾਂ ਜਾਂ ਨਾ 'ਚ ਜਵਾਬ ਨਹੀਂ ਦੇਣਾ, ਉਹ ਠੀਕ ਹੈ, ਬਸ ਕਮਾਈ ਜਾਣੀ ਹੈ ਗੱਲ ਜਿੰਨੀ ਕਮਾ ਸਕਦੇ ਹੋ, ਠੀਕ ਹੈ ਜੀ, ਖੱਪ ਪਾਓ, ਖੱਪ ਪਾਓ, ਕਿਉਂਕਿ ਸਾਡਾ ਅਗਲਾ ਰਾਊਂਡ ਉਹਦਾ ਨਾਮ ਹੀ ਹੈ ਹਾਂ ਜਾਂ ਨਾ। ਰੈਡੀ ਹੋ? ਪੁੱਛਾਂ ਤੁਹਾਨੂੰ ਤੁਹਾਡਾ ਪਹਿਲਾ ਸਵਾਲ ਜੀ, ਤੁਸੀਂ ਸਰਦੀਆਂ 'ਚ ਜੀ ਇੱਕ ਲੱਤ ਰਜਾਈ ਤੋਂ ਬਾਹਰ ਇੱਕ ਅੰਦਰ ਕਰਕੇ, ਭਾਜੀ ਇੱਕ ਗੱਲ ਦੱਸੋ ਮੇਰੀ,
ਲੱਤ ਮੇਰੀ, ਰਜਾਈ ਮੇਰੀ, ਪੁੱਛਣ ਵਾਲਾ ਤੂੰ ਮਾਮਾ ਲੱਗਦਾ। ਇਹਨਾਂ ਨੂੰ ਕੋਈ ਸਮਝਾਓ, ਸ਼ੋ ਮੇਰਾ। ਹੋਰ ਮਾਮਾ ਜੀ ਠੀਕ ਹੋ? ਭਾਅ ਜੀ ਅਲੱਗ ਹੀ ਮਜ਼ਾ ਆਉਂਦਾ ਹੁੰਦਾ। ਅੱਧਾ ਆਪਣਾ ਜਿਹੜਾ ਹਿੱਸਾ ਹੁੰਦਾ ਉਹ ਪਿਆ ਹੁੰਦਾ ਗੰਗਾਨਗਰ ਵਾਲੇ ਪਾਸੇ, ਜਿੱਥੇ ਪੂਰੀ ਗਰਮੀ, ਅੱਧਾ ਪਹੁੰਚਾ ਸ਼ਿਮਲੇ ਵਾਲੇ ਪਾਸੇ। ਫੀਲਿੰਗ ਹੀ ਅਲੱਗ ਆਉਂਦੀ ਭਾਅ ਜੀ, ਬੰਦਾ ਵਿੱਚ ਵਿਚਾਲੇ ਜੇ, ਵਿੱਚ ਵਿਚਾਲੇ ਉਹ ਮਜ਼ਾ ਬਹੁਤ ਆਉਂਦਾ ਭਾਅ ਜੀ। ਮੈਂ ਸੁਣਿਆ ਤੁਹਾਨੂੰ ਠੰਡੇ ਪਾਣੀ ਤੋਂ ਬਹੁਤ ਡਰ ਲੱਗਦਾ। ਹਾਂ, ਕੋਈ ਸਿੰਗਰ ਸਿੰਗਰਾਂ ਦਾ ਅਕਸਰ ਰੋਲਾ ਹੁੰਦਾ ਭਾਅ ਜੀ, ਜਦੋਂ ਤੁਸੀਂ ਮਰਜ਼ੀ ਨੂੰ ਕਹਿੰਦਾ ਭਾਅ ਜੀ ਫੰਕਸ਼ਨ 'ਤੇ ਆਉਣਾ ਅਤੇ ਨਹਾ ਕੇ ਟਾਈਮ ਨਾਲ ਆਇਆ ਜੇ, ਫੰਕਸ਼ਨ ਲੇਟ ਕਰਾ ਦੇਣਗੇ। ਨਾ ਨਾ, ਇਹਨਾਂ ਨੂੰ ਨਹੀਂ ਮਨਜ਼ੂਰ, ਮੈਨੂੰ ਵੀ ਇਹ ਪ੍ਰੋਬਲਮ, ਇਸੇ ਕਰਕੇ ਮੈਂ ਸੁੱਕੇ ਪਾਣੀ ਨਾਲ ਨਹਾ ਲੈਣਾ। ਸੁੱਕਾ ਪਾਣੀ ਕਿਹੜਾ ਹੁੰਦਾ? ਤੁਹਾਡੇ ਤੇ ਇਲਜ਼ਾਮ ਹੈ ਕਿ ਨਿੱਕੇ ਹੁੰਦੇ ਕਈ ਵਾਰੀ ਤੁਸੀਂ ਫਰਿੱਜ ਥੱਲੇ ਜਿਹੜੇ ਪੈਸੇ ਰੱਖਦੇ ਹੋ ਲੁਕਾ ਕੇ ਮੰਮੀਆਂ, ਉਹ ਚੁੱਕ ਕੇ ਮਰੂੰਡੇ ਖਾਣ। ਇੱਕ ਵਾਰੀ ਮੈਂ ਪੈਸੇ ਚੱਕੇ ਸੀ, ਚੱਕੇ ਪੈਸੇ ਮਰੂੰਡਾ ਖਾਣ ਵਾਸਤੇ ਗਏ, ਅੱਗੇ ਵੇਖਿਆ ਮੇਰੇ ਦੋਸਤ ਆ ਰਿਹਾ, ਮੈਂ ਪੈਸੇ ਮੂੰਹ 'ਚ ਪਾ ਲਏ, ਪਾਈਂ ਦਾ ਸਿੱਕਾ ਸੀ, ਮੈਂ ਮੂੰਹ 'ਚ ਪਾ ਲਿਆ। ਮੇਰੀ ਬੇਲੀ ਕਹਿੰਦੇ ਯਾਰ ਕੁਛ ਪੇਮੈਂਟ ਹੈ, ਆਪਾਂ ਮਰੂੰਡੇ ਖਾ ਲਈਏ। ਮੈਂ ਕਿਹਾ ਪੇਮੈਂਟ ਤਾਂ ਕਿਤੇ ਫਸੀ ਹੈ, ਕਰੀ ਨਿਕਲ ਜੇ ਬਸ। ਕੀ ਇਹ ਸੱਚ ਹੈ ਤੁਹਾਡਾ ਮਨ ਸਾਫ਼ ਤੇ ਤਨ ਬਹੁਤ ਜ਼ਿਆਦਾ ਗੰਦਾ ਹੈ? ਕਿਹਨੇ ਵੇਖਿਆ? ਹਾਂ, ਆਪਣੇ ਆਪ ਤੇ ਵੇਖਿਆ ਹੁੰਦਾ ਬੰਦੇ ਨੇ ਕਿ ਨਹੀਂ? ਨਹੀਂ, ਮੇਰਾ ਮਨ ਡਿਸਕੁਆਲੀਫਾਈ ਨਹੀਂ ਕਰਦਾ, ਡਿਸਕੁਆਲੀਫਾਈ। ਵੈਸੇ ਦੋਵੇਂ ਇੱਕੋ ਜਿਹੇ ਨੇ ਗੰਦੇ। ਮੈਂ ਸੁਣਿਆ ਤੁਸੀਂ ਹਾਲੇ ਤੱਕ ਕਾਲਜ ਦੀ ਕੰਟੀਨ ਵਾਲੇ ਪੈਸੇ ਨਹੀਂ ਦਿੱਤੇ ਜਿਹੜਾ ਧਾਰ ਲਿਆ ਉਸ ਕੰਜਰ ਦੇ। ਭਾਜੀ ਸਵਾਹ ਪੈਸੇ ਮੋੜਨੇ ਸੀ, ਇੰਨਾ ਗੰਦਾ ਸਮੋਸਾ ਸਾਨੂੰ ਸਾਰੀ ਉਮਰ ਖਵਾਉਂਦਾ ਰਿਹਾ, ਸਮੋਸੇ ਖਾ ਖਾ ਕੇ ਮੇਰੇ ਪੱਥਰੀ ਹੋ ਗਈ। ਉਹਦਾ ਭਲਾ ਹੋਵੇ, ਸਾਡਾ ਥੜਾ ਪੱਕਾ ਹੋਣ ਵਾਲਾ ਸੀ। ਇੱਕ ਥੜ ਮੈਂ ਦਿੱਤੀ ਪੱਥਰੀ ਤੇ ਮੇਰੇ ਘਰ ਦੇ ਵਿੱਚ, ਬੇਟੇ ਦੁਬਾਰਾ ਕਦੋਂ ਨਿਕਲੀ, ਪੂਰੇ ਥੜਾ ਪੱਕਾ ਕਰਾ ਲਈਏ। ਫਿਰ ਮੈਂ ਡਾਕਟਰ ਕੋਲ ਗਿਆ, ਮੈਂ ਡਾਕਟਰ ਸਾਹਿਬ ਮੇਰੀ ਪੱਥਰੀ ਕੱਢ ਦਿਓ। ਕਹਿੰਦੇ ਪੈਸੇ ਲੱਗਣੇ, ਮੈਂ ਪੈਸੇ ਮਾਮਾ ਉਹਨੂੰ ਹੀ ਦੇਣੇ ਸੀ ਤੇ ਤੈਨੂੰ ਨਾ ਦੇ ਦਿੰਦਾ ਮੈਂ। ਪੱਥਰੀ ਨਿਕਲੀ ਕਿ ਨਹੀਂ ਨਿਕਲੀ? ਨਾ ਭਾਜੀ, ਥੜਾ ਪੱਕਾ ਹੋ ਗਿਆ। ਅੱਛਾ, ਬਟ ਜ਼ਿੰਦਗੀ 'ਚ ਨਾ ਇੱਕ ਚੀਜ਼ ਤੁਸੀਂ ਜ਼ਰੂਰ ਸਿੱਖਣੀ ਹੈ ਜੀ, ਜ਼ਬਾਨ ਸੰਭਾਲ ਕੇ ਰੱਖਣੀ ਹੈ ਆਪਣੀ। ਨਹੀਂ, ਇਹ ਸਾਡੇ ਰਾਊਂਡ ਦਾ ਨਾਮ ਹੈ। ਆਹ, ਫੇਰ ਠੀਕ ਹੈ। ਸਾਡੇ ਅਗਲੇ ਰਾਊਂਡ ਦਾ ਨਾਮ ਹੈ ਜ਼ਬਾਨ ਸੰਭਾਲ ਕੇ। ਇਹਦੇ 'ਚ ਕੀ ਹੋਏਗਾ ਮੈਂ ਤੁਹਾਨੂੰ ਦੱਸਦਾ। ਮੈਂ ਤੁਹਾਨੂੰ ਇੱਕ ਸਿਚੁਏਸ਼ਨ ਦੇਵਾਂਗਾ, ਚਾਰ ਗਾਣੇ ਦੇਵਾਂਗਾ, ਉਸ ਸਿਚੁਏਸ਼ਨ 'ਤੇ ਕਿਹੜਾ ਗਾਣਾ ਸਭ ਤੋਂ ਜ਼ਿਆਦਾ ਫਿੱਟ ਬੈਠਦਾ ਉਹ ਤੁਸੀਂ ਸਾਨੂੰ ਦੱਸਣਾ। ਓਕੇ, ਠੀਕ ਹੈ ਜੀ। ਤੁਹਾਡੀ ਸਿਚੁਏਸ਼ਨ ਹੈ ਕਾਲਜ ਟਾਈਮ 'ਤੇ, ਤੁਸੀਂ ਆਪਣੀ ਡਿਗਰੀ ਦੇ 4 ਸਾਲ ਇੱਕ ਕੁੜੀ ਪਿੱਛੇ ਪਏ ਰਹੇ, ਪਰ ਜਦੋਂ ਤੁਸੀਂ ਉਹਨੂੰ ਪ੍ਰਪੋਜ਼ ਕੀਤਾ ਉਹਨੇ ਕਿਹਾ ਯਾਰ ਮੈਂ ਤਾਂ ਤੈਨੂੰ ਜਸਟ ਫਰੈਂਡ ਸਮਝਦੀ ਹਾਂ, ਨਾਲੇ ਤੇਰੇ ਆਟੋ 'ਤੇ ਸਪਲੈਂਡਰ 'ਤੇ ਬੈਠੀ ਹਾਂ ਨਾ, ਮੇਰੇ ਵਾਲ ਖਰਾਬ ਹੋ ਜਾਂਦੇ ਆ। ਹੁਣ ਤੁਹਾਡੇ ਗਾਣੇ ਨੇ, ਬੇਬੀ ਕਹਿੰਦੀ ਪਹਿਲਾਂ ਮੈਨੂੰ ਜੈਗੁਆਰ ਲੈ ਲਓ, ਫਿਰ ਜਿੰਨਾ ਮਰਜ਼ੀ ਪਿਆਰ ਲੈ ਲਓ, ਦੂਜਾ ਮੈਨੂੰ ਸ਼ੋਪਿੰਗ 'ਤੇ ਲੈ ਜਾ ਤੇਰੇ ਨਾਲ ਸੋਹਣਿਆ, ਵਾਈਬ ਤੇਰੀ ਮੇਰੀ ਮਿਲਦੀ ਆ, ਤੇ VCR। ਭਾਜੀ ਪਹਿਲਾਂ ਜੈਗੁਆਰ, ਜੈਗੁਆਰ ਸਾਡੀ ਇਹ ਸਿਚੁਏਸ਼ਨ ਮੈਨੂੰ ਲੱਗ ਰਿਹਾ ਅੰਦਰੋਂ ਉਹੀ ਆ ਸੱਚੀ ਸਿਚੁਏਸ਼ਨ ਸੀ ਇਹ, ਹੈਨਾ? ਪਰ ਇਦਾਂ ਬੈਠੀ ਕਦੀ ਕੋਈ ਕੁੜੀ ਪਿੱਛੇ ਸਪਲੈਂਡਰ ਦੇ? ਕਦੇ ਵੀ ਨਹੀਂ, ਕਦੇ ਵੀ ਨਹੀਂ। ਇੰਨੀ ਤਕਲੀਫ ਹੋ ਰਹੀ ਹੈ ਕਿ ਪੱਲੋ ਦੇ ਦਿਓ। ਥੈਂਕ ਯੂ ਸੋ ਮਚ ਭਾਅ ਜੀ। ਔਰ ਭਾਅ ਜੀ ਕਿੱਡੀਆ ਸੋਹਣਾ ਕਰਾਉਡ, ਕਿੰਨੀ ਲਵਲੀ ਆਡੀਅੰਸ ਬੈਠੀ ਆ। ਭਾਅ ਜੀ ਤੁਹਾਡਾ ਨਾਮ? ਸਿਮਰ। ਭਾਅ ਜੀ ਵਾਲ ਤੁਹਾਡੇ ਆਪਦੇ ਨੇ? ਕਿੱਡੇ ਸੋਹਣੇ ਵਾਲ, ਦੇਖੋ ਤਾਂ ਸਰੀ, ਇਹਨਾਂ ਨਾ ਜੂਆਂ ਨੂੰ ਦਮ ਪਾਇਆ। ਜਿਸ ਦਿਨ ਤੇਲ ਆ ਲਾ ਹੁੰਦਾ ਨਾ, ਜੂਆਂ ਤਲਕ ਤਲਕ ਕੇ ਨੀਚੇ ਜਾਂਦੀਆਂ ਹੁੰਦੀਆਂ।
ਭਾਜੀ ਸਿਮਰ ਵਰਗੇ ਬੰਦੇ ਨਾ ਆ ਇੱਧਰਲੇ ਪਾਸੇ ਜਾਓ, ਚੀਲ ਵਾਲੇ ਪਾਸੇ ਬੜੇ ਮਿਲਦੇ ਨੇ, ਉਹਨੂੰ ਪੁੱਛੋ ਭਾਜੀ ਇਹ ਰਸਤਾ ਕਿੱਧਰ ਜਾਂਦਾ, ਵੇਅਰ ਡੂ ਯੂ ਲਾਈਕ ਟੂ ਗੋ ਬ੍ਰੋ, ਵੀਰੇ ਰਸਤਾ ਪੁੱਛਿਆ ਹੋਰ ਕੁਛ ਨਹੀਂ। ਮੇਰੇ ਨਾਲ ਜਾਂਦਾ ਪਿਆ ਭਾਜੀ ਸਿਮਰ, ਇੱਕ ਵਾਰੀ ਬਾਈ ਦੀ ਮਾਰਕੀਟ 'ਚ ਅਸੀਂ ਜਾ ਰਹੇ ਸੀ, ਜਾ ਰਹੇ ਅੱਗੇ ਸੀਵਰ ਖੁੱਲ੍ਹਾ ਸੀ, ਥੱਲੇ ਡਿੱਗ ਪਿਆ। ਉਹ ਮੈਂ ਕਿਹਾ ਸਿਮਰ ਓਏ ਜਲਦੀ ਜਲਦੀ ਹੱਥ ਦੇ ਆ ਜਾ ਉੱਤੇ ਆ, ਕਹਿੰਦਾ ਨਹੀਂ ਮੁਝੇ ਮਸਤ ਮਾਹੌਲ ਮੈਂ ਜੀਣੇ ਦੇ। ਭਾਜੀ ਤੁਹਾਡਾ ਕੀ ਨਾਮ? ਦੀਪ। ਭਾਜੀ ਇਹਦੀਆਂ ਸ਼ਕਲਾਂ ਪਤਾ ਕਿੱਥੇ ਬਣੀਆਂ ਹੁੰਦੀਆਂ? ਸਟੇਸ਼ਨਾਂ ਥੱਲੇ ਲਿਖਿਆ ਹੁੰਦਾ ਇਧਰ ਹੈ, ਰੋਲਾ ਤਾਂ ਉਦੋਂ ਪੈ ਜਾਂਦਾ ਜਦੋਂ ਉੱਧਰ ਜਾਓ, ਉੱਧਰ ਹੁੰਦਾ ਹੀ ਨਹੀਂ। ਸੋ ਭਾਜੀ ਮੈਂ ਗੱਲ ਕਰ ਰਿਹਾ ਕਿ ਮੈਂ ਸਿੰਗਰ ਬਣਨਾ ਚਾਹੁੰਦਾ ਸੀ, ਐਕਟਰ ਬਣਨਾ ਚਾਹੁੰਦਾ ਸੀ, ਸੋ ਇੱਕ ਵਾਰੀ ਮੈਂ ਨਾ ਆਈਲੈਟਸ ਵੀ ਜੁਆਇਨ ਕੀਤਾ, ਬਾਹਰ ਜਾਣਾ ਸੀ। ਮੈਂ ਆਈਲੈਟਸ ਜੁਆਇਨ ਕਰ ਲਿਆ, ਕਲਾਸ ਚਲਾ ਗਿਆ। ਪਹਿਲਾ ਦਿਨ ਸੀ, ਸਾਡੇ ਟੀਚਰ ਬੜੇ ਮਸਤ, ਉਹਦਾ ਨਾਮ ਸੀ ਭੁਪਿੰਦਰ ਸਿੰਘ। ਭੁਪਿੰਦਰ ਸਿੰਘ ਕਲਾਸ ਵਿੱਚ ਆਏ, ਸਾਰੇ ਸਟੂਡੈਂਟ ਅਸੀਂ ਬੈਠੇ ਸੀ, ਕਹਿੰਦੇ ਦੱਸੋ ਬੱਚੋ ਆਈਲੈਟਸ ਕਰਨ ਵਾਸਤੇ ਕੀ ਜ਼ਿਆਦਾ ਜ਼ਰੂਰੀ ਹੁੰਦਾ ਹੈ? ਮੈਂ ਕਿਹਾ ਚਾਰਜ ਨੋ। ਆਈਲੈਟਸ ਕਰਨ ਵਾਸਤੇ ਕੀ ਚਾਹੀਦਾ ਹੈ? ਮੈਂ ਕਿਹਾ ਪੈਨ ਪੈਨਸਿਲ। ਕਹਿੰਦਾ ਲੱਕ ਦੀ ਲਾਣਤ। ਆਈਲੈਟਸ ਕਰਨ ਵਾਸਤੇ ਕੀ ਚਾਹੀਦਾ ਹੁੰਦਾ ਹੈ? ਮੈਂ ਕਿਹਾ ਪੈਸੇ ਨਹੀਂ। ਆਈਲੈਟਸ ਕਰਨ ਵਾਸਤੇ ਚਾਹੀਦਾ ਹੁੰਦਾ ਇੱਕ ਵਧੀਆ ਟੀਚਰ। ਗੱਲ ਤੇ ਸਹੀ ਹੈ, ਬਿਲਕੁਲ ਸਹੀ ਹੈ ਸਰ। ਤੁਹਾਡੇ ਸਾਹਮਣੇ ਖੜਾ ਭੁਪਿੰਦਰ ਸਿੰਘ, ਲਖਵਿੰਦਰ ਸਿੰਘ, ਨੋ ਬੈਂਡ, ਕਿੱਥੋਂ ਪੜ੍ਹਿਆ? ਮੈਂ ਕਿਹਾ ਸਰ ਕਿੱਥੋਂ? ਭੁਪਿੰਦਰ ਸਿੰਘ ਤੋਂ। ਪ੍ਰਦੀਪ ਸਿੰਘ, ਨੋ ਬੈਂਡ, ਕਿੱਥੋਂ ਪੜ੍ਹਿਆ? ਭੁਪਿੰਦਰ ਸਿੰਘ ਤੋਂ। ਪ੍ਰਦੀਪ ਕੁਮਾਰ ਦਾ ਛੋਟਾ ਭਰਾ ਦਵਿੰਦਰ ਸਿੰਘ, 7.5 ਬੈਂਡ, ਨਹੀਂ ਆਏ, ਕਿੱਥੋਂ ਪੜ੍ਹਿਆ? ਨਾਲ ਦੇ ਇੰਸਟੀਟਿਊਟ। ਮੈਂ ਕਿਹਾ ਸਰ ਉਹ ਕੀ ਕਰਦਾ? ਉਹ ਅੱਜ ਕੱਲ੍ਹ ਕੁਲਚਿਆਂ ਦੀ ਰੇਹੜੀ ਲਾਉਂਦਾ। ਕਹਿੰਦਾ ਬਾਹਰ ਜਾ, ਸੱਜੀ ਹੱਥ ਮੁੜ, ਖੱਬੇ ਹੱਥ, ਉੱਧਰ ਵੇਖ ਕਰਦਾ ਹੋਏਗਾ, ਕਨੇਡਾ 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 ਕਨੇਡਾ। ਔਰ ਭਾਜੀ ਸਭ ਤੋਂ ਵੱਡੀ ਪ੍ਰੋਬਲਮ ਤਾਂ ਉਦੋਂ ਪੈ ਗਈ, ਮੈਨੂੰ ਇਹ ਨਹੀਂ ਪਤਾ ਸੀ ਵੀ ਜਦੋਂ ਤੁਸੀਂ ਕਲਾਸ 'ਚ ਜਾਂਦੇ ਹੋ ਤਾਂ ਤੁਹਾਨੂੰ ਇੰਗਲਿਸ਼ ਆਉਣੀ ਬਹੁਤ ਜ਼ਰੂਰੀ ਹੈ। ਅੰਗਰੇਜ਼ੀ ਦੇ ਵਿੱਚ ਤਾਂ ਮੇਰਾ ਪਹਿਲਾਂ ਹੀ ਹੱਥ ਟਾਈਟ ਸੀ, ਮੇਰੇ ਕੋਲ 2-4 ਗੱਲਾਂ ਸੀਗੀਆਂ ਕਰਨ ਵਾਲੀਆਂ। ਮੈਨੂੰ ਉੱਥੇ ਜਾ ਕੇ ਉਹਨੇ ਪੁੱਛ ਲਿਆ ਤੈਨੂੰ ਅੰਗਰੇਜ਼ੀ ਆਉਂਦੀ ਹੈ? ਮੈਂ ਕਿਹਾ ਯੈਸ। ਕਹਿੰਦਾ ਕਿੰਨੀ? ਮੈਂ ਕਿਹਾ ਬੈਸ ਬੈਸ। ਮਾਮਾ ਹੋਰ ਬੋਲ, ਇੰਟਰੋਡਕਸ਼ਨ ਦੇਣੀ ਪੈਣੀ ਹੈ, ਜਾਣਾ ਕੈਨੇਡਾ? ਮੈਂ ਕਿਹਾ ਜੀ ਜਾਣਾ, ਬਿਲਕੁਲ ਜਾਣਾ। ਕਹਿੰਦਾ ਵਾਸਤੇ ਅੰਗਰੇਜ਼ੀ ਆਉਣੀ ਚਾਹੀਦੀ ਹੈ, ਅੰਗਰੇਜ਼ੀ ਸਿੱਖ ਬੋਲ। ਕਹਿੰਦਾ ਖੜਾ ਹੋ। ਕੌਣ? ਮੈਂ। ਕਹਿੰਦਾ ਹੋਰ ਤੂੰ ਬੋਲ। ਮੈਂ ਕਿਹਾ ਜੀ ਮਾਈ ਸੈਲਫ ਰੂਬੀ ਸ਼ਰਮਾ ਐਂਡ ਆਈ ਐਮ ਬੇਸਿਕਲੀ ਵੈਰੀ ਕਲੋਜ਼ ਟੂ ਗਿੱਦੜ ਬੋਹ। ਕੀ? ਮੈਂ ਗਿੱਦੜ ਬੋਹ? ਉਹ ਸਾਲੇ ਪੰਜਾਬੀ 'ਚ ਬੋਲ ਮਾਰ ਲੈ। ਮੈਂ ਕਿਹਾ ਸਰ ਗਿੱਦੜ ਬਾਹ। ਕਹਿੰਦੇ ਚੱਲ ਹੁਣ ਇੱਕ ਇੰਟਰੋਡਕਸ਼ਨ ਹੋ ਗਈ, ਹੁਣ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਕੈਸੇ ਆਏਗਾ, ਤੁਸੀਂ ਐਸੇ ਬੋਰਡ 'ਤੇ ਦੇਖਣਾ, ਪੜ੍ਹਨਾ ਤਾਂ ਸਾਨੂੰ ਪੜ੍ਹ ਕੇ ਸੁਣਾਉਣਾ। ਹੁਣ ਐਸੇ ਆ ਰਿਹਾ ਸੀ ਮੇਰਾ ਪਿੰਡ, ਉਹਨੂੰ ਇੰਗਲਿਸ਼ 'ਚ ਬੋਲਣਾ, ਮੇਰਾ ਪਹਿਲਾਂ ਅੰਗਰੇਜ਼ੀ ਛਾਤਰ। ਕਹਿੰਦਾ ਦੱਸੋ ਆਪਦੇ ਪਿੰਡ ਬਾਰੇ ਦੱਸੋ। ਮੈਂ ਕਿਹਾ ਜੀ ਮਾਈ ਸੈਲਫ ਰੂਬੀ ਸ਼ਰਮਾ ਐਂਡ ਆਈ ਐਮ ਬਿਲੋਂਗ ਟੂ ਟਿੱਬਿਆ ਵਾਲਾ ਸ਼ਹਿਰ ਐਂਡ ਸਾਡੇ ਪਿੰਡ ਦੇ ਵਿੱਚ ਬਹੁਤ ਸਾਰੀਆਂ ਮੱਝਾਂ ਗਾਵਾਂ ਐਂਡ ਬੱਚੇ ਉਹਨਾਂ ਦੇ ਪੂੰਛਲ ਫੜਨਸ ਐਂਡ ਵਨ ਬਿਗ ਬਿਗ ਟੋਇਆਸ, ਟੋਇਆ ਇਜ਼ ਕੋਲਡ ਪੌਂਡ। ਕਹਿੰਦਾ ਕੀ? ਮੈਂ ਕਿਹਾ ਜੀ ਪੌਂਡ। ਕਹਿੰਦਾ ਕੀ? ਵਟ ਪੌਂਡ? ਸਰ ਜੀ ਉਹ ਹਰਾ ਹਰਾ ਡੂੰਗਾ, ਪੌਂਡ ਪੌਂਡ। ਅੱਛਾ ਟੋਇਆ, ਹਾਂ ਸਰ ਜੀ ਪੌਂਡ, ਬੱਚੇ ਪੂੰਛਲ ਫੜਨਸ ਐਂਡ ਇੰਜੋਇੰਗ ਅ ਲੋਟ। ਉਹ ਕਹਿਣਾ ਕੀ ਚਾਹੁੰਦਾ? ਕਹਿੰਦਾ ਮੈਂ ਕਿਹਾ ਸਰ ਜੀ ਮੈਂ ਦੱਸਣਾ ਚਾਹੁੰਦਾ ਮੇਰਾ ਪਿੰਡ ਕਿਹੋ ਜਿਹਾ। ਕਹਿੰਦਾ ਅੱਛਾ ਜਾਣਾ ਕਿੱਥੇ? ਮੈਂ ਕਿਹਾ ਸਰ ਕੈਨੇਡਾ।
ਕਹਿੰਦਾ ਪੱਕਾ? ਮੈਂ ਕਿਹਾ ਹਾਂਜੀ। ਕਹਿੰਦਾ ਚੱਲ ਇੱਕ ਕੰਮ ਕਰ, ਕੈਨੇਡਾ ਬਾਰੇ ਦੱਸ, ਕਿਉਂ ਜਾਣਾ ਚਾਹੁੰਦਾ? ਮੈਂ ਕਿਹਾ ਸਰ ਜੀ ਹੇਅਰਸ ਲੋਟ ਆਫ ਪੋਲਿਊਸ਼ਨਸ, ਮਿੱਟੀ ਐਂਡ ਘੱਟਾਸ, ਐਂਡ ਯੂ ਕੈਨ ਸੀ ਲੋਟ ਆਫ ਡਸਟ ਔਨ ਦਾ ਬੂਟਾਸ। ਸੋ ਸਰ ਆਈ ਵੁਡ ਲਾਈਕ ਟੂ ਗੋ ਟੂ ਕੈਨੇਡਾ ਬਿਕੋਜ਼ ਕੈਨੇਡਾ ਇਜ਼ ਅ ਵੈਰੀ ਕਲੀਨ ਇਨ ਹੇਅਰ, ਮੇਰਾ ਪਿੰਡ ਮੇਰੇ ਖੇਤ। ਸੋ ਇਹ ਮੇਰਾ ਅੰਗਰੇਜ਼ੀ ਵਾਲਾ ਟੀਚਰ ਸੀ ਭਾਅ ਜੀ, ਉਹਨੇ ਮੇਰੇ ਉਹ ਚਪੇੜਾ ਮਾਰੀਆਂ ਭਾਅ ਜੀ, ਮੈਨੂੰ ਪਤਾ ਭਾਅ ਜੀ ਉਹ ਚਪੇੜਾ ਖਾ ਕੇ ਮੇਰੇ ਕੋਲ ਗੱਲ ਕੇ, ਮੈਂ ਕਿਹਾ ਲੱਖ ਦੀ ਲਾਨ। ਸੋ ਭਾਅ ਜੀ ਇਹ ਸੀ ਮੇਰੀ ਜਰਨੀ, ਨਾ ਮੈਂ ਆਈਲੈਟਸ ਕਰ ਪਾਇਆ, ਨਾ ਮੈਂ ਸਿੰਗਰ ਬਣ ਪਾਇਆ, ਥੀਏਟਰ ਚੱਲ ਰਿਹਾ, ਐਕਟਿੰਗ ਚੱਲ ਰਹੀ ਹੈ, ਜੋ ਜਰਨੀ ਮੇਰੀ ਸੀ ਉਹ ਤੁਹਾਡੇ ਸਾਹਮਣੇ ਸੀ। ਸੋ ਇਹ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰੇ ਫਿਰ ਵੀ ਭਾਅ ਜੀ ਆਈ ਐਮ ਹੈਪੀ ਕਿ ਮੈਂ ਦੁਨੀਆ ਦਾ ਸਭ ਤੋਂ ਔਖਾ ਕੰਮ ਕਰ ਰਿਹਾ, ਕਿ ਮੈਂ ਲੋਕਾਂ ਨੂੰ ਹਸਾ ਰਿਹਾ। ਸੋ ਥੈਂਕ ਯੂ ਸੋ ਮਚ ਭਾਅ ਜੀ, ਐਂਡ ਥੈਂਕ ਯੂ ਸੋ ਮਚ ਲਵਲੀ ਆਡੀਅੰਸ, ਲਵ ਯੂ ਆਲ। ਕਿਆ ਬਾਤ ਹੈ ਰੂਬੀ ਵੀਰੇ, ਭਾਅ ਜੀ ਦੇਖੋ ਨਹੀਂ ਨਹੀਂ ਕੋਈ ਗੱਲ ਮੈਂ ਨਹੀਂ ਲੈਣਾ, ਉਹ ਦਿਲ ਤੇ ਪੱਥਰ ਰੱਖ ਕੇ ਵੇਖੋ। ਅਬੇ ਭਾਅ ਜੀ ਇਹਨਾਂ ਮੈਨੂੰ ਅੱਜ ਸ਼ਾਮ ਦਾ ਟਾਈਮ ਆਹੀ ਕੁਝ ਵੇਖਣਾ ਰਹਿ ਗਿਆ। ਸੱਤਾ ਭਾਈ ਦਾ ਮੈਨੂੰ ਫੋਨ ਆਇਆ ਰਾਤੀ, ਰੂਬੀ ਖੁਦਾ ਰੂਬੀ ਭਾਅ ਜੀ ਕਿੱਥੇ ਹੋ? ਛੱਡਿਆ ਛੱਡਿਆ, ਮੈਂ ਕਿਹਾ ਘਾਬਰ ਗਿਆ, ਮੈਂ ਕੀ ਹੋਇਆ ਸੱਤੇ, ਐਵਰੀਥਿੰਗ ਇਜ਼ ਓਕੇ ਭਾਈ, ਜਲਦੀ ਆ ਜਾਓ, ਬਸ ਇੱਕ ਵਾਰ ਜਲਦੀ ਆ ਜਾਓ। ਭਾਅ ਜੀ ਮੈਂ ਬਾਈਕ ਚੱਕੀ, ਮੈਂ ਭੱਜਿਆ ਮੋਹਾਲੀ ਤੋਂ, ਕੀ ਹੋਇਆ? ਮੈਂ ਕਿਹਾ ਸੱਤੇ ਕਰੇ ਗਿਆ ਬੈਡ ਤੇ ਬੈਠਾ, ਰੂਬੀ ਭਾਅ ਜੀ ਆਉਣਾ, ਹਾਂ ਆਹ ਬਰਫ਼ ਵਾਲਾ ਡੋਂਗਾ ਲਾ ਦਿਓ। ਮੇਰੀ ਗੱਲ ਸੁਣੋ, ਹਾਂਜੀ ਮੇਰਾ ਨਾ ਭੰਗੜੇ ਦਾ ਗਰੁੱਪ ਹੈ, ਤੇ ਜਿਹੜਾ ਵੀ ਗੈਸਟ ਆਉਂਦਾ ਨਾ ਮੈਂ ਉਹਦੇ ਕੋਲੋਂ ਨਾ ਆਪਣੀ ਪ੍ਰਮੋਸ਼ਨ ਕਰਵਾਉਣਾ ਇੱਕ ਸਟੈਪ ਭੰਗੜੇ ਦਾ ਪਾ ਕੇ। ਵਾਹ, ਕਰ ਦਿਓ ਪ੍ਰਮੋਸ਼ਨ ਮੇਰੀ। ਚਲੋ ਫਿਰ, ਚਲੋ ਜੀ।